ਰਾਤ ਨੂੰ ਟੈਸ਼ਨ ਨੀ ਚੁੱਕਦਾ
ਬੇਵਕੂਫ ਹੈ ਜਲਦੀ ਖਰਾਬ ਹੋ ਜਾਂਦਾ ਚੱਲ ਆ ਮਾਂ ਨੇ ਇਹ ਸਾਨੂੰ ਕੁਝ ਨਹੀਂ ਖਵਾਇਆ ਕਿਹੋ ਜਿਹਾ ਮੁੰਡਾ ਜੰਮਿਆ ਤੂੰ ਬਸ ਕਰ ਦੇ ਬੜੇ ਤਰਲੇ ਪਾਇਆ ਸੀ ਜਦੋਂ ਤੂੰ ਹੋਣਾ ਦੱਸਿਆ ਕਿ ਸੇਬ ਲਿਆ ਦੋ ਜਾਨ ਨੂੰ ਕਹਿੰਦੇ ਗਾਜਰਾ ਖਾਇਆ ਤਾਂ ਬਹੁਤ ਤਾਕਤ ਹੁੰਦੀ ਹੈ ਤੇ ਤੇਰਾ ਸੇਬ ਵਾਲਾ ਕੋਈ ਵਾਕਫ ਨਹੀਂ ਸੀ ਪਾਪਾ ਤੇਰਾ ਖਾਣਾ ਸੀਗਾ ਸੀ ਉਹਦੇ ਕੋਲ ਲੋਕਾਂ ਦਾ ਪਹਿਲੇ ਜੂਸ ਪੀਂਦੀ ਸੀ ਫੇਰ ਪਤਾ ਨਹੀਂ ਲੋਕਾਂ ਦਾ ਪੀਂਦੀ ਸੀ ਮੈਨੂੰ ਨਹੀਂ ਸਮਝ ਲੱਗਾ ਦੂਜੇ ਮੁੰਗੇ ਤੁਸੀਂ ਸਹੀ ਜੰਮੇ ਦੇਣ ਲਾ ਕੇ ਮੇਰੇ ਵਾਲੀ ਖਰੇ ਮਿਸਕਾ ਲਈ ਮਾਰਦਾ ਰਿਹਾ ਖਰਾਇਆ ਲਾਂ ਕੀ ਜੰਮੇ ਮੇਰੀ ਵਜ੍ਹਾ ਤੋਂ ਮੈਂ ਇਦਾਂ ਦਾ ਆਇਆ ਵਾ ਮੇਰੀ ਕਾਲੀ ਵਜ੍ਹਾ ਦਾ ਜਦੋਂ ਮੈਂ ਜੰਮਣ ਵਾਲਾ ਤੂੰ ਮੇਰੀ ਮਾਂ ਦੇ ਪਪੰਦੀਆਂ ਹੀ ਬੜੀਆਂ ਲਾਈਆਂ ਸੀ ਬੂਆ ਬੰਦ ਰੱਖੀ ਘਰ ਗੈਰ ਬੰਦਾ ਨਾ ਆਵੇ ਕਰੋ तेन की गिन गया भी चल दे खुसे दे विच आ खुसा सी एन जी कराया तू सी एन जी ते नहीं तेन नहीं पता खुसा को मुड़िया होंदा ना कर झूट लिता चढ़ गया धागा प्यो के ना कप च मूह च पा चूसदा रहे गोश्त की प्लेट लिया मेन कहना ओना पवा जिन्ना खाना जम बैठा मैं कौन है तू ताजी मैं शीर्द मिठा दूजी जमात चुमी चुमी ना दसा मैं तेन बेटा तू जिमे औलाद है मेरी तू तालबे लमे मैं तेरा मत्था चुमे काफी बरिया बाद मिले बस चुमना नहीं रहन दियो नहीं पुत्र है तू मेरा पुत्रां चुमिया दंद नहीं चुभदे हुंदे कान फड़ा काम नहीं किया बगैरता नहीं कोई तकलीफ नहीं साहब जी अल्लाह की मेहरबानी ना शगिर्द उस्तादां दीआं बाहां हुंदीआं ने अगर तुहानूं बाह चाहीदी तां दसो इत्थों ला के टोटे करके दे देणा ला के तूं नहीं देंगा मैं खोता लिया 5000 दा बेचता क्यों बेटे बराबर पै लग पिया ही अच्छा मैं वेच के पैसे लाके तुहाडे कोल आ गया चंगा कीता मैंने नहीं ना किया नहीं तुसीं समझ गए जे ਠੀਕ
ਰਹਿਦੀ ਨਹੀਂ ਕੱਲੀ ਆ ਤੇਰੇ ਇੱਧਰ ਬੈਠੋ ਉੱਧਰ ਤੇਰੇ ਮੁਰਸ਼ਦ ਦੱਬੇ ਸਾਰੀ ਆ ਕੁੜੀ ਸਾਜੀ ਮੇਰੀ ਹਾਂ ਕੁੜੀ ਤੁਸੀਂ ਏਡੀ ਸੋਹਣੀ ਬੁਲਾਈ ਮੇਰੀਆਂ ਤੇ ਦਵਾਵਾਂ ਤੁਹਾਨੂੰ ਨਹੀਂ ਨਹੀਂ ਭਾਂਜੀ ਆ ਮੇਰੀ ਅੱਲਾ ਨੇ ਤੁਹਾਨੂੰ ਬੜਾ ਦੇਣਾ ਜੇ ਅੱਛਾ ਕਦੀ ਟਾਂਗੇ ਥੱਲੇ ਕਦੀ ਗੱਡੀ ਥੱਲੇ ਅੱਛਾ ਮੈਨੂੰ ਦੇਣਾ ਮੈਨੂੰ ਥੱਲੇ ਹੀ ਹੈ ਹੈ ਜੀ ਸਰ ਮਾਮਾ ਜੀ ਜੀ ਬੇਟੇ ਇਹ ਤੋਂ ਨੇ ਪਾਗਲ ਇਹ ਮਿੱਠਾ ਹੈ ਇਹ ਪੁੱਤੀ ਹੈ ਮੇਰਾ ਬਸ ਇਹਨੂੰ ਇਸ ਗੱਲ ਦਾ ਪਤਾ ਨਹੀਂ ਹੈ ਜੀ ਹਾਂਜੀ ਮਿਲ ਹੈ ਬੱਚਾ ਹੈ ਆਪਣਾ ਸਟੂਡੈਂਟ ਹੈ ਤੁੱਤ ਬੁੱਤ ਬੁਲਾ ਲਈ ਹੈ ਤੁੱਤ ਬੁੱਤ ਨਹੀਂ ਹੈ ਸਾਜੀ ਕੋਈ ਸਹੀ ਹੈ ਦਾਦਲੀ ਮੈਂ ਤੁਲੀਏ ਬਥਲੇ ਟੈਪ ਦੀ ਹਾਂ ਤੁਲੀਏ ਬਥਲੇ ਟੈਪ ਦੀ ਆ ਕੰਮ ਕਰ ਜਾ ਕੇ ਇਹਨੂੰ ਸਾਜੀ ਨੂੰ ਕਹੋ ਇਹ ਕੁੜੀਆਂ ਨੂੰ ਕੰਮ ਛੱਡ ਦੇ ਕਿਹੜਾ ਅਰੇ ਕੁੜੀਆਂ ਬਖਰੇ ਟੈਪ ਦੀ ਹਾਂ ਬੇੜਾ ਕਰਕੇ ਗਲਤ ਗਾਣੇ ਜਿਹੜੇ ਕਰਨੇ ਸਾਡੇ ਮੱਲੇ 'ਚ ਕੁੜੀ ਸੀ ਗਲਤ ਗਾਣੇ ਕਰਦੀ ਸੀ ਉਹਦੇ ਪਿਓ ਦਾ ਐਡਾ ਮੂੰਹ ਹੋ ਗਿਆ ਐਡਾ ਕਿਦਾਂ ਐਡਾ ਕੀ ਆਇਆ ਸੀ ਮੈਂ ਉੱਥੇ ਆਂਦਾ ਜੀ ਦਾਦੀ ਦਾ ਸਾਜੀ ਹੋਰ ਸੁਣਾ ਤੂੰ ਪਿਤਾ ਬਸ ਸ਼ੁਕਰ ਅੱਲਾ ਦਾ ਬੇਟਾ ਦੇਖੋ ਤਾਂ ਅਗੜੀ ਕੁੜੀ ਤਾਂ ਐ ਜਾ ਗੱਲ ਸੁਣ ਦੇਖੋ ਤਬਤ ਐ ਸ਼ਰਬਤ ਲੈ ਕੇ ਆ ਦੇ ਅਸੀਂ ਤਬਤ ਕਿਹੜਾ ਟੱਬਰ ਪਿਆਈ ਜਾਣਾ ਮੈਨੂੰ ਸਾਲ ਓਏ ਟਰਬਰ ਨਹੀਂ ਸ਼ਰਬਤ ਸ਼ਰਬਤ ਸਾਬਤ ਔਰਤ ਨਹੀਂ ਹੈ ਮਾਮਾ ਜੀ ਦੇਖੋ ਮੈਂ ਇੰਨੀ ਤਲੀਮ ਕੁਲੀ ਹਾਂ ਮਧੂਮ ਦੁਲੀਆਂ ਮੰਦੇ ਤੂੰ ਤਾਂ ਪਤਾ ਵੀ ਨਹੀਂ ਹਾਂ ਤੁਮ ਤੇ ਤੂੰ ਤਾਂ ਪਤਾ ਨਹੀਂ ਐਡੀ ਤੂੰ ਮਸੂਮ ਮਸੂਮ ਦੇ ਗੱਲ ਦੱਸ ਆ ਜਿਹੜਾ ਫੁੱਟਾ ਹੁੰਦਾ ਉਹ ਚ ਕਿੰਨੇ ਇੰਚ ਹੁੰਦੇ ਆ 12 ਇੰਚ ਹੁੰਦੇ ਨੇ ਕਹਿੰਦੀ 12 ਇੰਚ ਇਹਨੂੰ ਤਾਂ ਇੰਚ ਇੰਚ ਦਾ ਪਤਾ ਕਾਹਦੀ ਮਸੂਮ ਆ ਯਾਰ ਬੱਚਿਆਂ ਨੂੰ ਮਸੂਮ ਚਾਹੀਦਾ ਵੀ ਚੀਜ਼ ਦਾ ਦੀ ਮਸੂਮ ਕਿਤੇ ਇਹੋ ਜਿਹਾ ਮਸੂਮ ਅਖਬਾਰਾਂ 'ਚ ਖਬਰਾਂ ਆਉਂਦੀਆਂ ਸੀਨ ਖੇਤੋਂ ਮੇ ਕੇਲੀ ਜਾ ਰਹੀ ਤੇ ਨੂਨ ਨੇ ਪਕੜ ਕੇ ਐਨ ਗੈਨ ਕਰ ਦਿਆ ਬੇੜਾ ਤਰ ਜਵੇ ਉਹ ਸਾਰੀ ਜ਼ਿੰਦਗੀ ਮੈਂ ਕਾਇਦੇ ਪੜਾਇਆ ਐਨ ਗੈਨ ਦਾ ਇਹ ਮਤਲਬ ਹੁੰਦਾ ਹੈ ਇਹ ਮਤਲਬ ਹੁੰਦਾ ਹੈ ਓਏ ਐਡੀ ਤੂੰ ਸ਼ਰੀਫ ਜ਼ਮੀਨ ਨਾ ਦਲ ਦਲੀ ਤੇ ਮਾਂ ਦੇ ਮੂੰਹ ਲਾ ਦਾਦਾ ਦੀ ਇਹੋ ਜਿਹਾ ਸ਼ਰੀਫ ਹੁੰਦੀਆਂ ਮੂੰਹ ਤੇ ਨਕਾਬ ਕਿਦਾਂ ਦਾ ਥੱਲੇ ਉਹ ਨਿੱਕਰ ਪਾਈ ਹੁੰਦੀ ਜਿੰਗਾ ਲਾ ਲਾ ਹੋ ਕੇਲੇ ਦਾ ਜੂਸ ਹੁੰਦਾ ਮੈਂ ਨੀ ਸੀ ਮੰਨਦਾ ਫਿਰ ਤੂੰ ਜਿਸ ਦਿਨ ਪੀਤਾ ਤੇ ਮੈਨੂੰ ਯਕੀਨ ਹੋਇਆ ਕਿ ਹਾਂ ਵੀ ਕੇਲੇ ਦਾ ਵੀ ਜੂਸ ਹੁੰਦਾ ਭੱਜ ਕੇ ਬੇਟਾ ਅਨਾਨਾਸ ਦਾ ਜੂਸ ਲੈ ਆ ਜੇ ਠੀਕ ਹੈ ਮਮਾ ਜੀ ਹਾਂ ਅਨਾਨਾਸ ਦਾ ਨਾ ਬਿਲਕੁਲ ਸਤਿਆਨਾਸ ਕਰਕੇ ਲੈ ਆ ਸਤਿਆਨਾਤ ਓਏ ਤਮੀਰ ਨਾ ਤਾਲ ਤਲੀ ਮਿਲੇ ਨਾ ਤਮੀਰ ਨਾ ਗੱਲ ਕਰੀ ਤੇਰੇ ਕੋ ਆਪਣੇ ਸਾਈਕਲ ਆ ਛੇ ਚੱਲ ਕੰਮ ਕਰ ਜਾ ਵੇ ਲੈ ਮਮਾ ਜੀ ਤੇ ਤੂੰ ਮੈਂ ਤੁਲੀਆਂ ਬਥਲੇ ਟੈਪ ਦੀ ਮੈਨੂੰ ਇਸ ਗੱਲ ਦਾ ਕੀ ਫਾਇਦਾ ਭਈ ਅੱਲਾ ਨੇ ਤੈਨੂੰ ਟੈਪ ਦਿੱਤੀ ਹੈ ਤੇ ਆਪ ਹੀ ਅਗਲਾ ਕੋ ਟੈਪ ਕਰ ਜਾਏਗਾ ਹਾਂ ਤੇ ਤਾਂ ਮਮਾ ਜੀ ਜਿੱਦਾਂ ਬਦਮੀਤ ਮਲਾਦਮ ਦਾ ਤੇਰਾ ਮਿਹਨਤ ਮੂੰਹ ਮਾਮੇ ਤੇਰਾ ਦਾ ਵੱਡਾ ਹੀ ਜਾਂਦਾ ਤੇਰਾ ਸਿਰਫ ਮੂੰਹ ਤੇ ਧਿਆਨ ਪਿਆ ਹੋਇਆ ਬੇਟੇ ਪਰ ਠੀਕ ਆ ਬੇਟੇ ਤੁਹਾਨੂੰ ਸੋਨੇ ਦੇ ਸਿਰ ਲੱਗਣਾ ਜੀ ਅੱਛਾ ਡਾਕੂਆਂ ਨੇ ਤੁਹਾਡੀ ਤੌਣ ਲਾ ਕੇ ਲੈ ਜਾਣੀ ਹੈ ਅੱਛਾ ਇਹ ਆਰਾਮ ਨਾਲ ਵੀ ਲੱਗ ਸਕਦੀ ਤੌਣ ਲਾ ਕੇ ਲੈ ਲਈ ਸਾਜੀ ਮੈਂ ਸ਼ਕੀਰ ਤੁਹਾਡਾ ਹਾਂ ਬੇਟੇ ਕਾਛ ਮੈਂ ਤੁਹਾਡੇ ਪੁੱਤਰਾਂ ਨੂੰ ਠੀਕ ਕਰ ਦੇਵਾਂਗਾ ਪੜਾਓ ਜਰਾ ਪੁੱਤਰ ਜਿਹੜਾ ਬਣਾ ਕੋਈ ਕੁੱਤਿਆਂ ਵਾਲੀਆਂ ਗੱਲਾਂ ਫਿਰ ਪੰਜਰੀਆਂ ਨੂੰ ਆਉਣ ਤੋਂ ਨਾ ਕੋਈ ਗੱਲ ਕੀਤੀ ਨਾ ਕੋਈ ਬਾਤ ਕੀਤੀ ਵੀ ਖਾਂ ਕਬੜ ਕੇ ਛਿੱਤਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਤੁਹਾਡੀ ਬੱਚੀ ਨੂੰ ਛੇੜਿਆ ਇਸ ਤੋਂ ਜ਼ਿਆਦਾ ਮੈਂ ਕੀ ਕੀਤਾ ਬਗੈਰ ਤੇ ਜਨਾ ਆਉਣ ਤੋਂ ਬੱਚੀਆਂ ਕਾਹਦੇ ਲਈ ਬਾਹਰ ਖੜੀਆਂ ਕਰਦੇ ਤੁਸੀਂ ਇਹ ਕੌਣ ਸਾਜੀ ਭਾਂਗ ਖਾਂ ਕੋ ਛਿੱਤਰ ਮਾਰਨੇ ਸ਼ੁਰੂ ਕਰਤੇ ਪੁੱਤਰ ਹੈ ਮੇਰਾ ਰਾਂਝਾ ਆਏ ਦਿਨ ਕੁੜੀਆਂ ਛੇੜਦਾ ਆ ਕੰਦੀਏ ਲਾਤੇ ਤੇਰੇ ਪਿਓ ਨੇ ਧੋਖ ਜੰਮਿਆ ਸੀ ਕਹਿੰਦੇ ਸਾਲਿਆ ਜਦ ਤੂੰ ਆ ਤੂੰ ਛਾਪਰ ਬੈਗ ਚ ਸੀ ਓਏ ਤੁਸੀਂ ਇੰਨਾ ਠੀਕ ਨਹੀਂ ਹੋਣਾ ਸਾਜੀ ਮੈਨੂੰ ਪਤਾ ਇਹਨਾਂ ਠੀਕ ਨਹੀਂ ਠੀਕ ਹੋਣਾ ਨੂੰ ਨਹੀਂ ਲਿਆਦਾ ਨਵੇਂ ਜੰਮ ਲਵੇ ਨਵੇਂ ਓਏ ਉਸ ਪਿਓ ਨੂੰ ਤੰਗ ਕਰਦੇ ਜੇ ਜਿਨੇ ਤੁਹਾਨੂੰ 9 ਮਹੀਨੇ ਢਿੱਡ 'ਚ ਰੱਖਿਆ ਉਲਟੋ ਹੋ ਗਿਆ ਕੰਮ ਤੇਰਾ ਬੇੜਾ ਤਰ ਜੇ ਕਿਹੜੇ ਵੇਲੇ ਮੈਂ ਹਸਪਤਾਲ ਤੇ ਇੰਜ ਕਰਕੇ ਫਿਰਦਾ ਰਿਹਾ ਸਾਜੀ ਉਲਟੋ ਹੋ ਗਿਆ ਕੰਮ ਐਵੇਂ ਤੂੰ ਕਰ ਜਾਣਾ ਤੇ ਪੁੱਠੀਆਂ ਗੱਲਾਂ ਕਰਨ ਡਿਆ ਤੇਰੇ ਪਿਓ ਨੇ ਰੱਖਿਆ ਹੋਗਾ ਢਿੱਡ 'ਚ ਸਾਡੇ ਹੀ ਤਾਂ ਨਹੀਂ ਇਦਾਂ ਦਾ ਰਿਵਾਜ ਤੁਹਾਨੂੰ ਪਤਾ ਹੀ ਨਹੀਂ ਸਾਡੇ ਜ਼ਰੂਰ ਤਾਂ ਰਿਵਾਜ ਦੇ ਤਰੀਕੇ ਨਾਲ ਹੋਇਆ ਜਿੱਦਾਂ ਅੱਲਾ ਮੀਆਂ ਨੇ ਬਣਾਇਆ ਆ ਯਾਰ ਤੁਸੀਂ ਕਰਦੇ ਜੇ ਗਲਤ ਕੰਮ ਤੁਸੀਂ ਕਰਦੇ ਜੇ ਕਿਹੜਾ ਗਨਾਹ ਕੀਤਾ ਮੈਂ ਤੇ
ਬੁਰਖਾ ਲਗਾਤਾ ਗਲਤ ਕੰਮ ਇਹ ਕਰਦੇ ਨੇ ਕੀ ਗਲਤ ਕੰਮ ਕੀਤਾ ਬੇਲਾ ਨੂੰ ਬੂਲੇ ਕੁੱਤੇ ਜਿੱਡਾ ਹੋ ਗਿਆ ਬੂਲੀ ਕੁੱਤਾ ਹੁੰਦਾ ਬੂਲੇ ਕੁੱਤੇ ਤੇ ਹੁੰਦਾ ਕੋਈ ਨਹੀਂ ਬੂਲੀ ਹੁੰਦਾ ਮੈਂ ਵੀ ਗਿਆ ਕੁੱਤਾ ਜੋ ਨਾ ਹੋਵੇ ਕੁੱਤਾ ਜਿਹਾ ਨਾ ਹੋਵੇ ਤੇ ਪੰਜਰ ਵਾਲੀਆਂ ਗੱਲਾਂ ਚੇਂਦਾ ਤੇਰਾ ਮੂੰਹ ਨਾ ਡਰਾਮੇ ਛੱਡਦੇ ਕੇਲੇ ਵੇਚੇ ਕਰ ਚਿੱਤਰੀ ਵਾਲੇ ਅਡਮ ਹੁੰ ਕੁੱਤਾ ਇਹ छोटा हो गया मोटरसाइकिल खिड़की चो छाल मारती है अपने कुत्ते बल्ब ला के नेरे च खड़ा करता तू क्यों बल्ब लवाया अपने कुत्ते नूं बल्ब ला के नेरे खड़ा करता मैं क्या की कीता कहिंदा शरीक है ना समझ नज़ीर को मोटरसाइकिल है नहीं नज़ीर मेरा तो नाम इकबाल है मैं बनाई ना गल फिर अच्छा नवा नवा मोटरसाइकिल इकबाल कहंदा नज़ीर जरूर कहना बगरता नवा नवा मोटरसाइकिल लिया ते सड़क ते जाके कार वाले नूं कहंदा कदी मोटरसाइकिल वेखे है ही ओ कहंदा तफा निकल इथों फिर उहनूं कहंदा कदी मोटरसाइकिल वेखे है ही ओ कहंदा तफा आ टाली च वजा मोटरसाइकिल ओ पिया फिर उन्होंने कहना कभी मोटरसाइकिल वेख्या वो कहना करना की कहना इन ब्रेक कितने होंगे एडा तू कि रहना अपने बुढ़ी नूं कुटी जाए ठा ठा मैं क्यों कुटने केंद्र मैं कह दिया इस साल मेरा पुत्र होना चाहिए मूह अपने मासूम किया कीता एह जे बंदे जीओ जाके सिर्फ इन्हें कहते जब मेरी दोनों बेटियां ठाई गई तो मैं वही था तेरा यरकान ठीक होया कि नहीं है
मिठा मिठा हालांकि तेरे डॉक्टर ने मिठा मना किया क्यों जी सही है तुम्हें कुछ नहीं होता मुंडे भी जोगी होंगे सारा दिन सप फड़िया नहीं जाता बीन नाल चाह ठंडी करी जाते बाहर निकल फेंटी कर तेरा धर्म तेरा दसिया टच है होया की है तू छोटी फड़ के साडे घर ही आवड़े है हट मना कर अपने पुत्र नु की कीता ने ओ मेरी धी नु छेड़ दई कदरे बाहर खड़ी कीती है तेनु हजार तेनु हजार नहीं आंदी तू मैं कहवा सच कर अंदर कर अंदर ना कर ले एटी मुश्किल ना अल्लाह खुशी बखाण वाला नु काम मान ओए अड्डा तू शोखा ओ तेनु हजार नहीं है मल्ले दे विच किन्ने तेरा अपनी कोई जवान बची है आहो तू ओनू छेड़ ला भाई जा कौन दा छे ए पग 12 पिंडां दी तेरे सिर ते तू मार बच्ची नु छेड़ा पका अंदर कर गया ओ किन्ना च करा नहीं होंदा हुण अबा तू ही ओनू छोटी फड़ा दे तू ते लगदा रजाइयां भरन दे आ चलो खराब निकली की तकलीफ लड़ाई पाउण आ गया मास्टर साहब मना कर लो भाई जमनिया धीआं ते करने गुस्से छित्र मारे आप गोला कटन डेगा कटनिया नहीं गंदी राज जे तुसी साजी ने ठीक साले तेन वर्क लगे जो तू वर्क लगे रोटियां बत्ती धारा नहीं बख्शनिया बस चुप हो जाओ सानू बत्ती धारा ना बख्शी इन एक धार बख्श दे कहिंदा मत मर जांदी तेरी ए नवा नौकर रखिया पे साजी अस्तानी है ना अपनी इन वेच के कोई पुरानी 70 ले लो असी आवाज सुनी चला अंदर कोई गल नहीं मेरा मुंडा है ही मासूम ने कुड़ियां आप छेड़ लिया ने बड़ी मेहरबानी है करेला पका ले आ खा ले अम्मा तेरे 50 रुपया करेले ना पका कर तू टींडे पका ले कर तोरियां पका कर तू करेले पकाने ने तो धागा लपेट देनी है ओले मेरा चंगा नहीं लगदा भाई जी इस तरह का बंदा करेले का धागा खोलने नहीं लगदा सब्जी दा नाल खोल के खान दे गंदी ला देना बड़ा तंग कर लग गई अभी औलाद दे रही है बस इस मुंडे नु इस काच नहीं रखना नु इथों कढो अपनी औलाद संभालनी चाहिए लोकां दे बच्चे संभाल ले रे ओ आ गए गठ मार ले 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 आ गए ले 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 ओ खबर कर बंद पाए बंद ना फौत की होई है ये ना करे फौत की जदों तू मरेगा सी उन्होंने कहूंगा बोलो तू चल ले हाय हाय तेरा मुंडा क्यों मरे मैं ना तेरा रात दी रात दी मैं टीवी ते देखया अच्छा दर्रा खैबर ते चढ़ के तोप नहीं चलाउंदी बम 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 हां दस्सा
छुरी फेर भी बजेगी की होया ऐ तेरे प्यो ने करना चल भाई खोल बटन सारे बटन खोल यार ना कर जल्दी खोल तोड़ दे जेल नहीं खुलते तोड़ दे यार ना कर चल अगे का अगे हो जा यार शर्म आंदी है शर्म आंदी है जदों टीवी ते वेखदा उदों नहीं आंदी चल पूरा करना हाजी साहब मजा आना चाहिए चल आज साहब ना हाँ आज साहब अंदर आ जाओ मैं इतने बैठेंगे इतने जल्दी कर देर ना ला शाबाश जल्दी कर छोरी फेर भी बजेगी मजा जो तेरे को समान नहीं तू कीता क्यों
छुरी फिर भी बजेगी। हुण की होया जदों तू खुसरा ते असी किस तरह होए? बदमाशी का असूल है, जिथे गल ना चले उथे चुप कर जाओ जी। भरा तेरे अगलिया ने कुट के भेजे, तू प्यो तो बदमाशी करना पे है। मेरे भरा बाला नु कुट पाई है। बाला भगवान कमरे च बंद करता भी बंद छड़ता उस बंदर ने अन्नी पाई मैं दस नहीं सकता भी बंदर ने अन्नी अबा ए बंदर तकरीबन बंदा ही होंदा। चल मैनू अंधा बंदर बन के विखा। ओ तू ते मेरा नाम नहीं लिया जो भोले भगवान का भरा है तू। मेरे पहने कुट कुट के ना मैंने एक बंदे के कहने छड़ दिता। अच्छा मैंने कहा चलो जाओ जी अंदर साहब थोड़े मुंह छड़िया जाओ ले जाओ। उसके बाद मैं जब तुर पे ना मैं खोखे ते आया मैं सिगरेट लगा पीण ते ना पीछे ही आके खलो गए। फिर ते मैं दसता मैं कहा मैं भोले का भरा हां फिर चुक के ले गए। तैनू भी गंदियां गालां कड़ियां मेरे उन्होंने। चलो खैर मैनू कड़ा पहली ही पई है मैं ते पैंदियां ही रहंदियां ने। चल अंदर आ रोटी खा। पानी जी रोटी तैयार है सालन फाड़ लिया जाके। मैं मोटरसाइकिल लिया तो मैं पिछो लग जा छुरी मार के आखिरी ड्रामा कर देगा। तू भुलिया किसी होर दा असीं सुचन लई फिरदे आ। छे बसा सत भैणा एक नकम्मी निकली है बसा घट कर दियो मैनू लगता है कि मैं किसी गलत घर च आ गया। इधर जाना पैना बगालिया में सालन च पैर पा तो बड़ा मर चौड़ा या की है मैनू मोमबत्ती समझ के अग लाने लगा। दफा हो जाओ इधर ही जाना पैना। बाथरूम च बैठा उत्ता ही आ गया।
ਉਹ ਕਿੱਥੇ ਮਰ ਗਿਆ ਉਹ ਕਿੱਧਰ ਚਲ ਗਿਆ ਤੁਹਾਡਾ ਬੇੜਾ ਖਰੰਗ ਹੋ ਗਿਆ ਜੀ ਭਾਈ ਓਏ ਮਾਸਟਰ ਜੀ ਹਾਏ ਮਾਸਟਰ ਜੀ ਉਹ ਕਿੱਧਰ ਚਲ ਗਿਆ ਉਹ ਮਾਸਟਰ ਜੀ ਉਹ ਮੇਰੇ ਹੱਥ ਵਿੱਚ ਆ ਮਾਸਟਰ ਜੀ ਤੁਹਾਡਾ ਬੇੜਾ ਖਰੰਗ ਹੋ ਗਿਆ कुछ ना कहीं अब्बा सैट हो लेंदे
ਸਵਿਟਜ਼ਰਲੈਂਡ ਚੱਲਿਆ ਆਏ ਮੈਂ ਵੀ ਨਾਲ ਜਾਣਾ ਆ ਮੇਰਾ ਬੱਚਾ ਆ ਮੈਂ ਨਹੀਂ ਮੇਰੀ ਆ ਮੈਂ ਇੱਕ ਮਿੰਟ ਕੋਈ ਫਾਲਟ ਫੜੇਗਾ ਕੋਈ ਇੱਕ ਮਿੰਟ ਅੱਬਾ ਫਰਿਸ਼ਤੇ ਆ ਆਹੋ ਆਹੋ ਲਮਗੰਡਿਆ ਅੱਬਾ ਲੈ ਕੇ ਓਏ ਫਰਿਸ਼ਤਿਆਂ ਕੋਲੋਂ ਵੱਡੀ ਵੈਨ ਫਰਿਸ਼ਤਿਆਂ ਵੱਲ ਕੀ ਹੈ ਅੱਬਾ ਉਹਨਾਂ ਕੋਲੋਂ ਕੋਚ ਹੀ ਵੱਡੀ ਕੋਚ ਹਾਏ ਅੱਬਾ ਉਹਨਾਂ ਨੂੰ 10-12 ਬੰਦੇ ਚਾਹੀਦੇ ਆਇਓ ਯਾਰ ਆ ਭਾਈ ਕਹਿ ਦਿਓ ਮੈਂ ਘਰ ਨਹੀਂ ਹੈਗਾ सच्ची मुची लगा गया कुत्ता जे चा नहीं कट ली फड़ के उठ के नहा ला बजाऊंगा टीरा हो जाऊंगा प्यार कर तू मेरा भा करी जान दी मैं फटाफट गाना लवा तू भी इतने साढ़े तरह तू कड़ा टीपू सुल्तान बन के फिरने के मैं गाना नहीं होने दूंगा हूं थक गया कहना लिया डाल पिंडा दे विच इहो जे खुसरे चार दी फाड़ी तो ही लची जांदे ने बैठो 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 लिया डाल डाल बगैर दिया ना होता भैन दे विआह ते शिकंजी भी नहीं पला सके इत्थे लिया डाल अच्छा कई जने नलके ते हो जाओ जी नलके ते हो जाओ ਹੋਰ ਸੁਣਾਓ ਕੀ ਤਾਤੂ ਤੋਂ ਨੇ ਪਾਦਲ ਇਹ ਕੁੜੀ ਨੂੰ ਮੈਂ ਕਿਤੇ ਵੇਖਿਆ ਹੈ ਭਾਈ ਕਿੱਥੇ ਵੇਖਿਆ ਵੀਰੇ ਆਪਾਂ ਕੋ ਕਮਰਾ ਨੰਬਰ ਨਹੀਂ ਯਾਦ ਆਉਂਦੇ ਆ ਐ ਭਾਈ ਨੂੰ ਹਾਸਾ ਸਹੀ ਆਇਆ ਇਹ ਮੈਨੂੰ ਲੱਗਦਾ ਇਹ ਹੋਟਲ ਦਾ ਮਾਲਕ ਹੀ ਬੈਠਾ ਹੈ ਇਹ ਯਾ ਹੋਟਲ ਦਾ ਮਾਲਕ ਹੋਊਗਾ ਯਾ ਆਪ ਉਥੋਂ ਫੜਿਆ ਗਿਆ ਹੋਊਗਾ ਹੋਰ ਸੁਣਾਓ ਠੀਕ ਹੋ ਤੁਸੀਂ ਕੀ ਤਾਤ ਮੀਰ ਨਾ ਡਾਲ ਡਾਲ ਓਏ ਆਰਾਮ ਕਰਨੀ ਤੂੰ ਐਡੀ ਸ਼ੋਕੀ ਅਬੇ तेरी जबान बंदा पाला जाए मैंने भी तेन समझाई जाए कर ला फिर बीबी चुप भी कर जा तेरे लगे मामा बोली जान दिया बोली जान दिया बुलावा अगर कैमरे लगे पूरी दुनिया से जाना तेन ओ कुत्ते वाली बई कंजरी
ਕਬਰੇ ਕਿਹੜੀ ਭੁੱਖੀ ਰੋਟੀ ਖਾਣ ਆਏ ਤੂੰ ਇਕਬਾਲ ਇਕਬਾਲ ਇਕਬਾਲੀ ਮੇਰਾ ਕਹਿਣਾ ਮੰਨ ਲੈ ਮੈਂ ਤੇਰੀ ਤੋਬਾ ਤੋਬਾ ਨਾ ਯਾਰ ਮੈਨੂੰ ਸਮਝ ਨਹੀਂ ਆਣ ਦੇਈ ਇੱਥੇ ਫਜ਼ਾ ਬੜੀ ਮੁਜਰਾਨਾ ਜੀ ਹੋਈ ਹੈ ਵੀ ਮੁਜਰਾਨਾ ਜੀ ਹਾਂ ਚਲੋ ਛੱਡੋ ਇਹ ਕਿਹੜਾ ਗੈਰਤਮੰਦਾਂ ਦਾ ਘਰ ਇਹ ਸਾਰੇ ਬਗੈਰਤ ਤਾਂ ਤੇਰੀ ਮਾਂ ਵੀ ਟੀਪੂ ਸੁਲਤਾਨ ਨਾਲ ਜੰਗਾਂ ਲੜਦੀ ਫੌਤ ਹੋਈ ਹੈ ਸਾਰੇ ਤੁਸੀਂ ਵੱਡੇ ਜੇ ਤੁਹਾਡਾ ਮੂੰਹ ਵੱਡਾ ਕਿ ਮੈਂ ਤੇ ਬੇਵਕੂਫਾ ਹੈ ਪਰੇਸ਼ਾਨੀ ਤੋਂ ਪਰੇਸ਼ਾਨ ਹੋਣ ਦੇ ਆ ਕੀ ਪਰੇਸ਼ਾਨੀ ਕਿ ਵੀ ਚਾਰ ਮੁੰਡੇ ਜੰਮੇ ਸੀਗੇ ਮੈਂ ਕਿਹਾ ਜਵਾਨ ਹੋਣਗੇ ਮੈਂ ਰਿਟਾਇਰ ਹੋ ਜਾਵਾਂਗਾ ਜੀ ਇਨਸਾਨਾਂ ਦੇ ਕੰਮ ਆਵਾਂਗੇ ਉਹ ਫਲਾਈ ਕੰਮ ਕਰਾਂਗੇ ਕੋ ਮਹੱਲੇਦਾਰੀ ਦੇ ਫਰਾਇਜ਼ ਸਾਰ ਅੰਜਾਮ ਦੇਵਾਂਗੇ ਜੀ ਜੀ ਲੇਕਿਨ ਇਹਨਾਂ ਪਰ ਸਾਹਿਬ ਮਾਸਟਰ ਸਾਹਿਬ ਅਸਲਾਮ ਅਲੈਕਮ ਅਸਲਾਮ ਅਲੈਕਮ ਵਾਲੇਕਮ ਅਸਲਾਮ ਅਸਲਾਮ ਅਲੈਕਮ ਮਾਸਟਰ ਸਾਹਿਬ ਜੀ ਵਾਲੇਕਮ ਅਸਲਾਮ ਸਾਰੇ ਨੂੰ ਭਾਈ ਅਸਲਾਮ ਅਲੈਕਮ ਜਨਾਬ ਜੀ ਭਾਈ ਅਸਲਾਮ ਅਲੈਕਮ ਮਾਸਟਰ ਸਾਹਿਬ ਵਾਲੇਕਮ ਅਸਲਾਮ ਠੀਕ ਹੈ ਕੀ ਹਾਲ ਹੈ ਮਾਸਟਰ ਸਾਹਿਬ ਠੀਕ ਹੋ ਹਾਂ ਬਸ ਸ਼ੁਕਰ ਅੱਲਾ ਤੁਸੀਂ ਸੁਣਾਓ ਤਬੀਤਾ ਠੀਕ ਠਾਕ ਨੇ ਬਸ ਮਾਸਟਰ ਸਾਹਿਬ ਇੱਕ ਛੋਟਾ ਜਿਹਾ ਮਸਲਾ ਪੈ ਗਿਆ ਸੀ ਜੀ ਹੁਕਮ ਕਰੋ ਤੁਹਾਨੂੰ ਪਤਾ ਹੈ ਮਾਸਟਰ ਸਾਹਿਬ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਬੇਸ਼ੱਕ ਜੀ ਇਹੀ ਤਾਂ ਦੁਨੀਆ ਦੇ ਉੱਤੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਯਕੀਨ ਮੰਨੋ ਕਿਆਮਤ ਆ ਜਾਏ ਮਾਸਟਰ ਸਾਹਿਬ ਬੇਸ਼ੱਕ ਬੇਸ਼ੱਕ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਬਿਲਕੁਲ ਇੱਕ ਛੋਟਾ ਜਿਹਾ ਮਸਲਾ ਪੈ ਗਿਆ ਮਾਸਟਰ ਸਾਹਿਬ ਹੁਕਮ ਕਰੋ ਤੁਸੀਂ ਸਰ ਆ ਮੈਂ ਹਕੀਮ ਹੈਗਾ ਵਾਂ ਅੱਛਾ 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 ਆ ਨੌਕਰ ਤੇ ਮੇਰੀ ਦੁਕਾਨ ਹੈ ਮਾਸਟਰ ਸਾਹਿਬ ਉਹ ਗਰਮ ਹਮਾਨ ਦੇ ਨਾਲ ਜਿਹੜਾ ਬੋਲ ਰਿਹਾ ਹਕੀਮ ਅਬਦੁਲ ਲਤੀਫ ਮੇਰਾ ਨਾਮ ਹੈ ਜੀ ਹਾਂ ਹਾਂ ਮੈਂ ਪੜਿਆ ਜੀ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਮਾਸਟਰ ਸਾਹਿਬ ਤੁਸੀਂ ਮਹੱਲੇਦਾਰ ਹੋ ਸਾਡੇ ਹੁਕਮ ਦੁਨੀਆ ਦੇ ਵਿੱਚੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਯਕੀਨ ਮੰਨੋ ਕਿਆਮਤ ਆ ਜਾਏ ਮਾਸਟਰ ਸਾਹਿਬ ਹਾਂ 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 ਇੱਕ ਛੋਟਾ ਜਿਹਾ ਮਸਲਾ ਬਣ ਗਿਆ ਸੀ ਜੀ ਹੁਕਮ ਆ ਦਵਾਈ ਮੈਂ ਬਣਾਈ ਕਿਸੇ ਗਾਹਕ ਵਾਸਤੇ ਜੀ ਜੀ ਉਹ ਲੈਣ ਨਹੀਂ ਆਇਆ ਅੱਛਾ ਤੇ ਮੈਂ ਥੋੜੀ ਜੀ ਚੱਕ ਬੈਠਾ ਅੱਛਾ ਤੇ ਕੀ ਹੁਕਮ ਹੈ ਗੱਲ ਤੁਹਾਡੀ ਸਮਝ ਨਹੀਂ ਲੱਗੀ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਮਾਸਟਰ ਸਾਹਿਬ ਬੇਸ਼ੱਕ ਦੁਨੀਆ ਦੇ ਵਿੱਚੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਕਿਆ ਗੱਲ ਤੇ ਸੁਣ ਲਓ ਨਾ ਜੀ ਹੋਇਆ ਕੀ ਹਕੀਮ ਸਾਹਿਬ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਮਾਸਟਰ ਸਾਹਿਬ ਜੀ ਜੀ ਆ ਦਵਾਈ ਮੈਂ ਬਣਾਈ ਕਿਸੇ ਗਾਹਕ ਵਾਸਤੇ ਸੀ ਉਹ ਲੈਣ ਨਹੀਂ ਆਇਆ ਅੱਛਾ ਤੇ ਮੈਂ ਥੋੜੀ ਜੀ ਚੱਕ ਬੈਠਾ ਠੀਕ ਹੈ ਕੀ ਹੁਕਮ ਹੈ ਮੇਰੇ ਵਾਸਤੇ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਮਾਸਟਰ ਸਾਹਿਬ ਇਸ ਕੰਮ ਲਈ ਤੈਨੂੰ ਹੋਰ ਕੋਈ ਇਨਸਾਨ ਨਹੀਂ ਲੱਭਾ ਮੈਂ ਦੱਸਣਾ ਕਿ ਇਸ ਤਰ੍ਹਾਂ ਬੰਦਾ ਇਨਸਾਨ ਤੋਂ ਇਨਸਾਨ ਰਹਿੰਦਾ ਦੁਨੀਆ ਦੇ ਵਿੱਚ ਭਾਈ ਜੀ ਅਗਰ ਚੰਗੇ ਬੰਦੇ ਉੱਡ ਜਾਣ ਤੇ ਯਕੀਨ ਮੰਨੋ ਕਿਆਮਤ ਆ ਜਾਏ ਫਿਰ ਕਿਆਮਤ ਉਂਝ ਵੀ ਆਣੀ ਹੈ ਬਣ ਜਾਓ ਕੋਈ ਦਵਾਈ ਦਵਾਈਆਂ ਬਣਦੀਆਂ ਤੇ ਮੂੰਹ ਵੱਡੇ ਹੁੰਦੇ ਨੇ ਯਾਰ ਆਪਸ ਹੀ ਛੋਟੇ ਵੱਡੇ ਕਰੀ ਆਉਂਦੇ ਮੈਂ ਕਹਿਣ ਦਿਆ ਬਣਾਈ ਮੈਂ ਕਿਸੇ ਗਾਹਕ ਵਾਸਤੇ ਸੀ ਠੀਕ ਹੈ ਤੇ ਮੈਂ ਥੋੜੀ ਜੀ ਚੱਕ ਬੈਠਾ ਅੱਛਾ ਪੱਕਾ ਕਾ ਗੱਲ ਸੁਣ ਆ ਪਈ ਸ਼ਗਿਰਦੀ ਮੈਂ ਆਪਣਾ ਇੱਥੇ ਬੇੜਾ ਕਰ ਕਰਾਉਣ ਨਹੀਂ ਆਇਆ ਇਹ ਕੰਮ ਮਹੱਲੇ 'ਚ ਬੜੇ ਸੀ ਕੀ ਆ ਤੈਨੂੰ ਭਾਈ ਯਾਰ ਇਨਸਾਨ ਹੀ ਇਨਸਾਨ ਦੇ ਕੰਮ ਉਹ ਦੁਨੀਆ ਤੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਕਿਆਮਤ ਆ ਜਾਏ ਭਾਈ ਜੀ ਕਿਆਮਤ ਆਉਂਦੇ ਤੂੰ ਇਸ ਕੰਮ ਨਾਲ ਹਾਂਜੀ ਕੀ ਹੈ ਯਾਰ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਯਾਰ ਅਸੀਂ ਕੁੱਤੇ ਆ ਚੱਲ ਤੂੰ ਆ ਮੇਰੀ ਮਾਂ ਛੋਟੇ ਆਉਂਦੇ ਮੈਨੂੰ ਕੁੱਤਾ ਕੁੱਤਾ ਕਹਿੰਦੇ ਸੀ ਕੁੱਤੇ ਹੀ ਕੁੱਤਿਆਂ ਦੇ ਕੰਮ ਆਉਂਦੇ ਭੈਣ ਕੁੱਤਾ ਕੁੱਤੇ ਦੇ ਕੰਮ ਆਏ ਤੇ ਬੜੀ ਜਗ੍ਹਾ ਵੱਜਦੀ ਹੈ ਯਾਰ ਭੈਣ ਮਸਲਾ ਕੀ ਤੁਹਾਨੂੰ ਇਹ ਦੱਸੋ ਯਾਰ ਪਤਾ ਸਾਡੀ ਮਿਹਰਬਾਨੀ ਦੁਨੀਆ ਤੋਂ ਅਗਰ ਚੰਗੇ ਬੰਦੇ ਟੁੱਟ ਜਾਣ ਕਿਆਮਤ ਆ ਜਾਏ ਮਾਸਟਰ ਸਾਹਿਬ ਇਹਨਾਂ ਗੱਲਾਂ ਤੋਂ ਆਣੀ ਹੈ ਮਾਨ ਨਾਲ
मैं बनाई किसी गाहक वास्ते सी। अच्छा ओ लैन नहीं आया। हां जी मैं थोड़ी जी चक बैठा, तू किथे रहना है? जेडे बंदे ने बनाई सी मैं ओदे नाल ही रहना, ते उन मैं लेउना उन का लेया दवाई अपनी आपे आ। मैं कहना तुसी मोहल्ले दे सियाणे बियाणे आदमी बुजुर्ग आदमी हो नहीं ते मेरी शादी करा दियो। ओ यार ए गल ते जवाना दस भी शादी ते होनी चाहिदी है ते पर हक गल है। हां जी अच्छा मेरी इक भैन है बेवा। अच्छा ओदा मैं ब्याह करना चाहंदा। भैन बेवा? हां ते तुहाडा ब्याह होया है? हाँ मेरा होया है। तो चलो हुण तुहाडा हुण पता लगना किसे नूं आ जाओ फिर। मैं कहना नहीं नहीं इंसान ही इंसानां दे काम आउंदे ने मास्टर साहब। इन्ना नहीं आउंदे जिन्ना तू कहंदे आ। मैं कहा तुसी समझ नहीं रहे, तुझे शादी करानी है ना? हाँ जी। वो बेवा भैन है, हो सकता है दवाई ओदे मुकदरां दी बनी हो। मैं फिर थोड़ी देर बैठना इथे। ना बैठो तुसी जाओ। मैं बैठना बैठो। मैनू दस दियो फिर की करना है। सर मैं घर मशवरा कर लवां। इंसान ही इंसानां दे काम आउंदे ने मास्टर साहब। यार मैं यकीन मन्नो दुनिया तो चंगे बंदे टुर जाण ते कयामत आ जाए। अच्छा तुसी इधर बैठो ठीक है, असीं को मशवरा करके ना गल कर ले। हां जी उस कमरे ना जायो। क्यों? आज तो बाद वो कमरा साडे लई बॉर्डर हो गया जे। ਮਛੇਤਰ ਲਾ ਲੈਣਾ ਉਹ ਜਿਹੜਾ ਡਾਇਰੈਕਟਰ ਸੀ ਨਾ ਉਹਦੇ ਅਸੀਂ ਕਿੰਨੇ ਪੈਸੇ ਦੇਣੇ ਸਰ? ਭਾ 3000। ਪੈਸੇ ਕਢੋ
रोटी खानी पैंदी के सेल खाने पैंदे मैनू नीड लगदी है नीड ओदी इज्जत कर कार कनेक्शन चाहिदा वे ना मैनू दसी उठे भी नीड दे आसा तेरी किड्डी को लीड होनी है अरे पुत्र तेरी ही कदी स्त्री गरम होई जासी अरे जिथे थोड़े नाल मेरी तो ला ली हेलो तमीज नाल हेलो है ना करी मेरे नाल भाजी भाजी देर हो जानी है की करन दे हो चॉकलेट खाना छवैया खा गए अच्छा अच्छा आ जाओ आ जाओ चलो पैसे देगा ना लगता अंदर वाले झटके हाली तक आ रहे तेन यार कम अज कम तुम तो पैसे दे दिए हो पैसे देने आया सो मेरे ने तुसी की यार इंसान का मतलब बनिया मैनू की के मैनू बच्चा ना समझी के मैं मारांगा अदरू मारांगा उठे जिथे मेरा हाथ पहुंचेगा फिर कहेगा हकीम साहब जरे साइड से आ रहा शुक्र कर सीधा ले गया ओए वैसे आपस दी गल है मैं लगदा लकी दा नहीं झुली सरकारी जी कुत्ती ऐदी इज्जत करया करो ऐदे प्यो नू पिंड लोकी चुक चुक के सलामा करदे रे ओ भी एडा कोई है अस्सलाम वालेकुम चाचा जी अद्धे घंटे तक पैसे ना ना पहुंचे ओए ओए पाट ओसिया तेरी वजह तो जलील होण दे तेरी वजह तो जिने मैं तैनूं कहया जा जणू मना कर ए उहनां नू पैसे उहनां दे बहुत अच्छे नदीम साहब हुण ते मेरा मूड बनिया सी तेरा तां मिंट बाद बन जांदा बोले एडे भी नहीं बोले बोले छुड़ा देगा कोई होर गल है भाई जी बदमाश चुक के लै गए ने उन्हों केड़ी गल किधर नूं लै जांदे ने उथों बदमाशा को लै के आना बोले हां मेरे भरा नूं बस सरकार ना तू एडी सियाणी एडी बोल बोलो बस ठीक है आ जाएगा ओनु छुड़ा दे ना ओ बदमाश मेरे तो वड्डे ने ना वेख की बदमाश वड्डे ने ओए हैं की वड्डे ने बदमाश ते कोलो अखां नीवियां करके गल कर ओए आराम नाल ओए अच्छा लेकिन लगी नहीं अजे असि तेरे निकल गया निकलिया तेन पता ही नहीं लगा
ਇੱਦਾਂ ਤੂੰ ਬੇਹੋਸ਼ੀ ਨਾਲ ਸੁੱਤਾ ਹੈ ਕਿ ਨਾਲਾ ਵਾਲਾ ਕੱਢ ਗਿਆ ਤੇਰਾ ਤੇ ਤੂੰ ਸੁੱਤਾ ਹੈ ਮੈਨੂੰ ਹੁਣ ਕੀ ਪਤਾ ਸੀ ਉਹ ਸਿਰਫ ਨਾਲਾ ਹੀ ਕੱਢਿਆ ਨਾ ਆ ਵੀ ਨਾ ਸਿੱਧਾ ਹੀ ਪਿਆ ਸੀ ਮੈਂ ਵੀਰੇ ਮੇਰਾ ਮੈਂ ਕਿਹਾ ਤੂੰ ਸੁੱਤਾ ਵੇ ਤੇ ਨਾ ਕੋਈ ਜੋ ਕੁਛ ਮਰਜ਼ੀ ਕਰਦੀ ਤੈਨੂੰ ਪਤਾ ਨਹੀਂ ਚੱਲਦਾ ਤੁਹਾਡੀ ਮਰਜ਼ੀ ਹੈ ਜੀ ਲੈ ਉਹਨੇ ਮਿਸਾਲ ਦਿੱਤੀ ਤੁਹਾਡੀ ਮਰਜ਼ੀ ਹੈ ਜੀ ਉਹਨੇ ਮਿਸਾਲ ਦਿੱਤੀ ਅਸੀਂ ਆਫਰ ਦਿੱਤੀ ਇਹ ਆਫਰ ਕਿਹੜਾ ਤੂੰ ਸ਼ੋਕ ਹੈ ਉਹ ਚਿਕੜੀ ਸ਼ੋਕ ਵਾਲੀ ਗੱਲ ਨਹੀਂ ਅਗਲੇ ਦਾ ਨਾਲਾ ਨਿਕਲਿਆ ਮੈਂ ਸ਼ੋਕੀਓ ਕਰੰਦੇ ਆ ਤੁਹਾਡਾ ਚਲੋ ਛੱਡੋ ਦਾਖਲਾ ਉਹਨੂੰ ਗਲਤ ਗੱਲ ਨਹੀਂ ਉਹ ਪਰਜਾਈ ਤੇਰੀ ਕਾਦੀ ਪਰਜਾਈ ਮਿਲੇ ਹੁਣ ਕਾਦੀ ਪਰਜਾਈ ਨਾਲਾ ਨਿਕਲ ਗਿਆ ਕਾਦੀ ਪਰਜਾਈ ਮਤਲਬ ਨਾਲਾ ਨਿਕਲ ਜਾ ਤੇ ਪਰਜਾਈ ਵੀ ਨਹੀਂ ਹੁੰਦੀ नाला नहीं होंगे ना नहीं है ओदी मनियारी की दुकान है सारे की नाला नहीं ਯਾਰ ਤੂੰ ਵੀਰਾ ਹੋ ਗਏ ਸਾਲਾ ਸਾਲਾ ਕੀ ਜਾਣਿਆ ਚਲੋ ਤੁਹਾਡਾ ਪੈਸਾ ਕਿੱਥੇ ਹੈ ਜੀ ਤੂੰ ਕੀ ਕਹਿਣਾ ਪਰ ਸ਼ਾਇਦ ਉਹਦੇ ਨੂੰ ਕੋਈ ਫਾਲਤੂ ਪਿਆ ਹੋਵੇ ਯਾਰ ਉਹ ਮੇਰੀ ਗੱਲ ਸੁਣ ਵੇ ਮੈਂ ਕੀ ਨਾਲਾ ਕਰਨਾ ਹੀ ਜਿਹੜਾ ਹੁੰਦਾ ਹੈ ਨਾ ਤਾਂ ਜਿੱਦਾਂ ਗੱਡੀ ਦੇ ਵਿੱਚ ਇੱਕ ਸਟੱਪਣੀ ਫਾਲਤੂ ਪਈ ਹੁੰਦੀ ਹੈ ਮਤਲਬ ਹਰ ਪੈਂਚਰ ਹੋਵੇ ਬੰਦਾ ਦੂਜੀ ਲਾ ਲੈਂਦਾ ਬੰਦਾ ਹਰ ਹਰ ਬੰਦਾ ਆਪਣੇ ਨਾਲ ਇੱਕ ਨਾਲਾ ਰੱਖੇ ਵੀਰੇ ਬੰਦਾ ਤਾਂ ਹੈ ਫਿਰ ਇਦਾਂ ਅੱਜਾ ਜਾ ਐ ਵੀ ਜਾ ਮੇਰਾ ਨਾਲਾ ਨਿਕਲਿਆ ਮੈਂ ਕਿੱਥੇ ਜਾਵਾਂ ਮੈਂ ਪਾਣੀ 'ਚ ਬੈਠਾ ਰਹਾਂ ਵੀਰੇ ਸਾਪੀ ਸੀ ਅਜਾ ਮੈਂ ਖਬਰ ਮਾਰਨੇ ਤੂੰ ਵੱਖਰਾ ਰੇੜੀ ਲਾਈ ਆਪਣੀ ਚਲੋ ਦੇ ਤੁਸੀਂ ਜਾਓ ਮੈਂ ਛੱਡ ਗਿਆ ਨਹੀਂ ਪਹਿਲਾਂ ਤੂੰ ਕੰਜਰਾਂ ਵਾਲੀ ਗੱਲ ਕਰਦਾ ਬਾਅਦ ਚੋਂ ਅੰਦਰ ਛੱਡ ਗਿਆ ਯਾਰ ਨਹੀਂ ਹੋ ਜਾਇਆ ਤੇ ਬਾਅਦ ਚ ਨਾ ਗੱਲ ਮੈਂ ਲੁਕਾਇਆ ਸੀ ਪਤਾ ਮੈਂ ਕੋਈ ਪਾਣੀ ਨਾਲਾ ਆਹੋ ਨਹੀਂ ਹਾਂ ਹੈ ਆਹੋ ਇਹ ਨਹੀਂ ਯਾਰ ਸਾਡਾ ਬੰਦੇ ਕਿਹੜੇ ਕੱਢ ਲਿਆ ਹੁਣ ਤਾਂ ਰੰਗ ਚੋਰੀ ਆਉਣ ਲੱਗੀ ਯਾਰ ਬੰਦਾ ਸੌ ਵੀ ਸਕਦਾ ਹੁਣ ਕੁੰਡਰ ਦੇ ਮੈਂ
ਆਪਣੇ ਘਰ ਫੋਨ ਕਰਕੇ ਮੁੰਡੇ ਨੂੰ ਬੁਲਾ ਲਓ। ਮੈਂ ਮੁੰਡਾ ਹੀ ਨਾ ਬੁਲਾ ਲਾ। ਤੇ ਮੁੰਡਾ ਬੁਲਾ ਲਾ, ਉਹਨੂੰ ਪਵਾ ਲਾਂਗੇ ਨਾਲ। ਬੇਟਾ ਫੇਰ ਬਾਅਦ ਚ ਪਤਾ ਚੱਲੇਗਾ। ਨਾਲੇ ਨਾਲਾ ਪਵਾ ਲਾਂਗੇ। ਬੜਾ ਸ਼ੌਕ ਹੈ ਤੇ ਬਾਅਦ ਚ ਨਾਲਾ ਪਵਾ ਲਾਂਗੇ। ਨਾਲੇ ਜੇ ਮੈਂ ਬਾਅਦ ਚ ਕਿਹਾ ਹੀ ਨਹੀਂ। ਬਾਅਦ ਫੇਰ ਪਵਾ ਲਾਂਗੇ। ਅੱਜ ਜਾ। ਮੁੰਡ ਲੜ ਜਾ। ਚੱਲ ਤਾਂ ਬਾਪ ਭੈ ਗਿਆ ਬੇਟੇ ਤਾਂ ਕਿ नहीं मैं 10-15 किए सन, बाकी मिस हो गए।
ਮੈਂ ਕਿਹਾ ਮੇਰੇ ਵਾਲੇ ਆਣਾ ਸੀ ਤੇ ਬੰਬ ਚਲਾਣਾ ਸੀ ਲੈ ਅਸੀਂ ਪਾਗਲ ਦੇ ਪੁੱਤਰੇ ਛੌਣੀ ਤਬਾਹ ਕਰ ਦਈ ਅਸੀਂ ਤੇ ਗੈਰਤਾਂ ਵਾਲੇ ਜਵਾਨ ਐ ਵੇ ਗੈਰਤ ਜਗਾਵੇ ਬਗੈਰਤਾ ਗੈਰਤ ਜਗਾ ਅੱਛਾ ਡਾ 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 ਨਹੀਂ ਜਾਗੀ ਮੈਂ ਗੱਲ ਸੁਣ ਵੇ ਹੁਣ ਮੈਂ ਮਦਦ ਮੰਗਣ ਕਿਤੇ ਕੋਲ ਜਾਵਾਂਗੀ ਨਹੀਂ ਜਾਗੀ ਕਹਿੰਦਾ ਇਨਸਾਨ ਇਨਸਾਨਾਂ ਦੇ ਕੰਮ ਆਉਂਦੇ ਨੇ ਮੈਂ ਮਾਰੀ ਛੁਰੀ ਸਿੱਧੀ ਇਨਸਾਨੀਅਤ ਤੇ ਬੈਠਾ ਉਹਨੂੰ ਇਨਸਾਨੀ ਤੇ ਮਲਬ ਲਾਣ ਦੇ ਲੇਕਿਨ ਸਾਡੀ ਗੈਰਤ ਜਾਗ ਗਈ ਹੈ ਅਸੀਂ ਤੇਰੇ ਭਰਾ ਨੂੰ ਲੈ ਕੇ ਆਵਾਂਗੇ ਬੇਫਿਕਰ ਹੋ ਜਾ ਗੈਰਤ ਜਗਾ ਜਾਗਣ ਲੱਗੀ ਅਗਰ ਤੈਨੂੰ ਨਹੀਂ ਯਕੀਨ ਤੇ ਆਪ ਫੜ ਕੇ ਜਗਾ ਲੈ ਇੱਥੇ ਬੰਦਾ ਕੀ ਗੈਰ ਜਗਾਏ ਜਦੋਂ ਗੈਰ ਜਾ ਕੇ ਲੱਗਦੀ ਇੱਦਾਂ ਹੀ ਲਾਲ ਵੇਚ ਦਿੰਦੇ ਨੇ ਮੇਰੇ ਮੂੰਹ ਚੋਂ ਕੱਠਾ ਨਿਕਲਦਾ ਤੂੰ ਜਰਾ ਹੱਟ ਹੱਟ ਕੇ ਕਹਿ ਰੋਕ ਕੇ ਕਹਿ ਕਬਾਲ ਕਬਾਲ ਅਲਫ ਲਹਿਦਾ ਕਹਿ ਥੋੜਾ ਜਿਹਾ ਪੌਜ ਦੇ ਇਕਦਮ ਫਿਰ ਅੱਖ ਕਹਿ ਫਿਰ ਬਾਲ ਬਾਲ ਜਰਾ ਅਲਫ ਰੋਕ ਪਹਿਲੇ ਅਲਫ ਕਹਿ ਕੇ ਨਾ ਆ ਆ ਕ ਕ ਬਾਲ ਬਾਲ ਕਿੰਨੇ ਚਾਹੀਦੇ ਆ ਤੇਰਾ ਤਾਂ ਨਾਲਾ ਨਿਕਲਿਆ ਹੈ ਇਸ ਲਈ ਤਾਂ ਕਹਿਣ ਡਿਆ ਮੈਂ ਮੇਰੇ ਦੋ ਨਾਲ ਕਿੰਨੇ ਪਾਏ ਬਾਈ ਵੀਰੇ ਵੀ ਸਾਡਾ ਇੱਕੋ ਹੀ ਚੋਰ ਆ ਇਧਰੋਂ ਕੱਢ ਗਿਆ ਤੇ ਉਧਰ ਪਾ ਗਏ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਨੇ ਦੁਨੀਆਂ ਤੋਂ ਅਗਰ ਦੁਨੀਆਂ ਤੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਕਿਆਮਤ ਆ ਜਾਏ ਸਾਰਾ ਨਾਲਾ ਕੱਢ ਕੇ ਫੈਸਲਾਬਾਦ ਦੀ ਸਾਈਕਲ ਸਾਰਾ ਜਾਣਾ ਹੋਵੇ ਸ਼ਰਮ ਜਿਹਦਾ ਨਾਲ ਨਿਕਲਿਆ ਉਹਦੇ ਕੋਲ ਖਲੋਤੀ
ਕੀ ਕਰਾਂ ਫਿਰ ਜਿੰਨਾ ਘੁੱਟ ਕੇ ਗੰਡਾ ਬਣੀ ਉਹ ਰਹਾ ਮੈਂ ਤੇ ਇੱਡੀ ਘੁੱਟ ਕੇ ਲਾਸ ਪੈ ਗਈ ਭਾਈ ਜੀ ਇਨਸਾਨ ਹੀ ਇਨਸਾਨਾਂ ਦੇ ਕੰਮ ਦੁਨੀਆ ਦੇ ਵਿੱਚੋਂ ਅਗਰ ਚੰਗੇ ਬੰਦੇ ਟੁਰ ਜਾਣ ਤੇ ਕਿਆਮਤ ਆ ਜਾਏ ਮੈਂ ਤਾਂ ਕਹਿੰਦਾ ਸਿੱਧੇ ਹੋ ਜਾਓ ਕਿਆਮਤ ਆ ਗਈ ਜੇ ਹਲਾ ਲਾ ਲਾ मेरे प्यो ने एक डिजाइन भी सीधा नहीं जमया वक्री नक्शा समझाने वाली सोटी जमी मच्छर मेरे उत्ते आके कहता मामा जी तू ए भी मच्छर आया कू उठो कंजरा तू मैं क्या हूं कहता अच्छा जी पैसे देने अगला जो मर्जी फड़ा दे सब्जी रुपया धनिया पा दे चल साडी तां खैर तू क्यों सुन रही तेरा मुंह वे के चल जा लेके मेरा मुंह की पिक पेंथर होगा कर दी की फिर दी है अबे रे चल जा छेती फिर तो उंदा भी नहीं लगदा हुंदा आंडिया जी बूटी पीती है बूटी की हुंदा वे बूटी जड़ी बूटियां च बैठ के बूटे नाल पीदी है आ बूटा बेटा तैनू दिना पानी आके ਤੇਰੀਆਂ ਮੈਂ ਜੜਾਂ ਨਾ ਸਜਾਤੀਆਂ ਤੇ ਫਿਰ ਗੰਨੇ ਲੈ ਆਉਂਦੀਆਂ ਨੇ ਵੇ ਉਹ ਭਰਾ ਹੈ ਜੀ ਮੇਰਾ ਵੱਡਾ ਭਰਾ ਹੈ ਤੂੰ ਭਰਾ ਹੈ ਨਾ ਦਾ ਆ ਵੈਸੇ ਛੋਟੀਆਂ ਛੋਟੀਆਂ ਹਰਕਤਾਂ ਕਰਦਾ ਜੀ ਤੇਰੀ ਮਾਂ ਨੇ ਕੋਈ ਚੱਜਦੀ ਚੀਜ਼ ਨਹੀਂ ਜੰਮੀ ਕੀ ਹੋਇਆ ਬਕਰੇ ਨਮੂਨੇ ਜੰਮੇ ਮੇਰਾ ਲਹਿਦਾ ਕਾਰੋਬਾਰ ਮੈਂ ਨਹੀਂ ਇਹਨਾਂ ਨਾਲ ਰਹਿੰਦਾ ਤੂੰ ਕੀ ਕਰਨਾ ਮੈਂ ਸਾਇੰਸਦਾਨ ਆ ਮੈਂ ਮੋਮਬੱਤੀਆਂ ਹੀ ਧਾਗੇ ਪਾਉਣਾ ਤੇਰੀ ਆ ਨਾ ਕਰੋ ਇਹ ਜਵਾਨੀ ਘੁੱਟ ਕੇ ਬੰਨੀ ਆ असली कि मैं उस एस एच नू कहा मैं चार तरीक नू जज लैके आ ठीपे कढ दिते परसों बड़ी तेज नेरी आई मेरी जेब च ना हुंदे मैं उड गया सी सीरम नहीं लेंदा
मेहरबानी मेरा कोई प्यार नहीं करता, तुसी मेरा प्यार कर लो। मैं क्यों तेरा प्यार कर लवां? चंगी लग रही है मेनू, होर की है? होर कोई करता? अपनी अम्मी ने जिदा कोई प्यार करता पहले दस मेनू। चंगी लग रही है तू मेनू? बस चंगी लग रही है। मेरी गल सुन इधर आ, तुसी इत्थे पैसे फड़े हैं? पैसे फड़े इत्थों? क्यों? इत्थे घर इत्थे आ, प्रॉपर्टी डीलर है। आप अच्छी हैं, उधार अच्छा नहीं। देखो जी, मैं तेरे बड़ी मोहब्बत करना, प्यार करना, तुसी मेरे नाल ब्याह कर लो बस। मैं तेरे नाल ब्याह कर लां? हां, तू मेरी खातिर की कर सकना है? तेरी खातर बड़ा कुछ कर सकना। की? तेरी खातर मैं आसमान तो जाके सूरज तोड़ के ले आ सकना। अच्छा, थल्ले को चन ना चढ़ा दी। फातिमा को ला गया मैं चौके, तेरे बच्चे मैं कहने चंदा मामू दूर के आ बेड़ा गर्क हो जाएगा। एड दू कदरे नहीं, तेरी खातर कौन कर सकना? की? मैं कह मेरे को मारना खा लवी। मार मार हां, जे तू पियो दा दूध पीता ही दे। मोहब्बत करने कर लो तुम्हारी मेहरबानी। बुढ़ी नूं तलाक दे दित्ती। क्यों? नचण वाली ही। बस से लैके जांदे, बस वाले ने टेप लाई ते नचण लग पई। सारे बंदे पैसे दे लग पे, इधरों भी पैसे हुण, पिछली सीट वालों भी पैसे हुण। हां, हुण मैं पैसे फड़दा चंगा ते नहीं लगदा? नहीं नहीं, बहुत बुरी गल। मैं कंडक्टर नूं कहिआ जे अपने फड़न दे मेरे भी फड़ी जा। साढ़े 300 दी दिहाड़ी लगी सी। वाह वाह, हक लाल दी सी। चल बकरता निकाई नहीं सी। हां बगै डिग दे तू खा ले मेरे कोलों। थप्पड़ ना खा ले गड्डी नूं कितें सुणी। देखो तुसीं मेरे नाल प्यार क्यों नहीं करदे? क्यों करां? मैं काम की करना है? काम की करना, वेले बंदे एक बंदा कहता जिनी मर्जी धमाल पाई जा, असी ते पाक पतन खड़नी है। दलील होया उथे चंगा भला मैं चौथी च मेरे की करेगा? ये तो हिम्मत होना चाहिए डॉक्टर बनते, प्रोफेसर बनते, बड़िया मारा पैनिया फिर कितने जाके बनते। अच्छा, देखो जी मैं तुम्हारे मोहब्बत करना, तुम क्यों नहीं प्यार करते? मेरे नहीं करती मेरी, कम कर जाके। बड़ी लंबी है जमीन, मिलेंगे लाख हसी, पूरी दुनिया में सनम तो अकेला तो नहीं। तू बेतार है तो अपना भी ये तौर सही, तू नहीं कहीं और सही, और नहीं ते तियां पैंती वाला खुश रही सही। पैंती रुपये देकर कटावांगे है राम नाम का। खुसरे जोगो यो तुसी, खुसरे जोगो है तू, एडी कितने सोहनी रहंदी नहीं। चिड़ा तो चिड़ी जा रहे हो, तू दस सकने चिड़ा केड़ा ते चिड़ी केड़ी है? चाली भैन भरा की करना है। माशाल्लाह चार बच्चे है।
ਉਹਦੇ ਨਾਲ ਵੀ ਨਿਕਾਹ ਕਰ ਲਿਆ ਸੀ ਅੱਛੇ ਤਰੀਕੇ ਨਾਲ। ਅੱਛਾ ਮਨੋਰੰਜਨ ਕਰ ਲਿਆ ਜੀ। ਆਹ ਇੰਡੀਆ ਗਿਆ ਸਰ। ਉਹ ਇੰਡੀਆ ਵੀ ਜੀਣੇ ਨਹੀਂ ਹੋਇਆ। ਕਿਉਂ? ਉੱਥੇ ਇੰਡੀਆ ਗਿਆ ਮੈਂ ਮੰਦਿਰ ਚ ਵੜਿਆ ਤੇ ਭਗਵਾਨ ਰੋ ਰਿਹਾ। ਕਿਉਂ? ਮੈਂ ਕਿਹਾ ਤੁਹਾਨੂੰ ਵੀ ਹੋਇਆ ਜਨਾਬ, ਕਹਿੰਦਾ ਮੈਨੂੰ 20,000 ਦਾ ਬਣਾ ਕੇ ਮੇਰੇ ਕੋਲ ਲੱਖ ਲੱਖ ਰੁਪਈਆ ਮੰਗਦੇ ਆ। अचानक हाथ ना लाया करो, मेरी तारा नंगिया नहीं। वो जी राती नंगिया सन तारा सन चल वेखिया जी। ਘਬਰਾਉਣਾ ਮੈਂ ਨਹੀਂ ਸੀ ਜਿਹੜੀ ਤੁਸੀਂ ਐਵੇਂ ਦਾ ਬਾਹਰ ਦਾ ਮੂੰਹ ਵੇਖੋ ਲੱਗਦਾ ਚੌਕ ਚ ਕੋਈ ਬੰਦਾ ਨਹੀਂ। ਥੈਂਕ ਯੂ ਜੀ। ਜੀ 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 ਗੁਰਦੇ ਕਪੂਰੇ ਖਵਾ ਦਿਓ। ਉਹ ਕਹਿੰਦੇ ਪੂਰਾ ਸੈੱਟ ਲਵੋ। ਕੱਲ ਇਹਨੇ ਸੈੱਟ ਖਾਧਾ ਸੈੱਟ ਮੇਲਿਆਂ ਦੇ ਗੱਤੇ ਦੇ ਬੰਦੇ ਮਿਲਦੇ ਵਿੱਚ ਤੀਲਾ ਦਿੱਤਾ ਹੁੰਦਾ, ਤੀਲਾ ਹਲਾਓ ਤੋਂ ਤੱਕ ਮੈਂ ਨਹੀਂ ਕਰਦਾ ਕਹਿੰਦਾ ਲੈ ਦੱਸ। ਅੱਛਾ ਇਹੋ ਜਿਹੇ ਕਮਜ਼ੋਰ ਕੁੱਤੇ ਗਲੀ ਦਾ ਮੋੜ ਕੱਢਣ ਲੱਗਿਆ ਉਧਰ ਲਾ ਕੰਨ ਥੱਲੇ ਸੁੱਟ ਲੈਂਦੇ। ਬਈ ਸਾਰਿਆ ਕਿਹੜਾ ਨਵਾਂ ਇਟੀਕੇਟਰ ਲਵਾਇਆ? ਇਹੋ ਜਿਹੇ ਮਰੀਅਲ ਕੁੱਤੇ ਹੈ ਗਲੀ ਮੁੜਨ ਲੱਗੀਆਂ ਡਿੱਗ ਪੈਂਦੇ। ਭਲੇ ਤੂੰ ਚਾਹੇ ਉੱਚੀ ਮੇਰਾ ਵੀ ਪਾਲਾ 150, ਮੈਂ ਖੁਸਰਿਆਂ ਦੇ ਪੈਰੀ ਪਈ ਜਾਂਦਾ। ਜੀ 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 ਮੈਨੂੰ ਪੈਪਸੀ ਪਿਲਾ ਦਿਓ। ਪੈਪਸੀ ਤੋਂ ਮੈਨੂੰ ਸ਼ੇਰ ਯਾਦ ਆਇਆ, ਸੁਣਾ ਦਿਓ। ਮੈਂ ਪੈਪਸੀ ਪੀ ਕੇ ਰੱਖ ਦਿੱਤੀ। ਕਿਉਂ? ਮੋਗਣ ਸੀ। ਗੱਲ ਤੇ ਕਰਨ ਇਹੋ ਜਿਹੇ ਤੇ 20,000 ਸ਼ੇਰ ਮੈਨੂੰ ਆ ਗਏ। ਸ਼ੇਰ ਅਰਜ਼ ਕੀਤਾ ਕਿ ਤੁਮਨੇ ਜਲਾ ਦਿਆ ਘਰ ਹਮਾਰਾ ਗੈਲ ਗੁਬਾਰਾ ਫੇ ਫੁਹਾਰਾ। ਤੁਸੀਂ ਹੋਰ ਸੁਣਾਓ। ਹੋਰ ਸੁਣਾ। ਸ਼ੁਕਰ ਅਲਹਮਦੁਲਿਲਾ ਸ਼ੇਰ ਕਹਿ ਰਿਹਾ ਮੈਂ। ਮੇਲਿਆਂ ਦੇ ਵਿੱਚ ਇਹੋ ਜਿਹੇ ਕਾਲੇ ਦੇ ਸੱਪ ਹੁੰਦੇ ਨੇ, ਉਹ ਪਰੇ ਕਰੋ ਪਰਾਂ ਘਰ ਹੀ ਆ ਗਏ ਯਾਰ। ਮੈਂ ਸਮਝਿਆ ਕੋਈ ਗੱਲ ਕਰਨ ਲੱਗਾ, ਲਾ ਲਓ ਵੀ ਲਿੱਤਰ ਲਿੱਤਰ ਤੇ ਲਾਵਾਂਗਾ ਕਿਉਂਕਿ ਤੂੰ ਪਾਲਸ ਚੋਂ ਕਰਾ ਕੇ ਲਿਆਉਣੇ। ਮੈਂ ਕਿਹਾ ਕਿਹਨੂੰ ਮਿਲਣ ਆਏ ਹੋ? ਮੈਂ ਕਿਹਾ ਤੁਹਾਡੇ ਹੱਥ ਕਿਹੜੇ ਠੰਡੇ ਨੇ? ਉਹ ਮੇਰਾ ਥਰਮੋਸ ਵਾਲਾ ਸਾਹਿਬ ਹੈ। ਬਾਹਰੋਂ ਠੰਡਾ ਹੁੰਦਾ, ਇਹ ਬਾਸਮਤੀ ਦਾ ਦਾਣਾ ਹੈ, ਪੱਕ ਕੇ ਫੁੱਲਦਾ। ਦਫਾ ਹੋ ਜਾ। ਅੱਜ ਤੁਸੀਂ ਇਸੇ ਘਰ ਚ ਰਹਿੰਦੇ ਹੋ? ਤੇ ਹੋਰ ਮੇਰਾ ਟੈਲੀਫੋਨ ਆਏਗਾ ਕਿੱਥੋਂ? ਦਬਈਓ। ਬਿਲਕੁਲ ਇਸੇ ਰੰਗ ਦਾ ਹੈਗਾ ਜੀ।
पिंड च मैं कोई दुखी औरत छड़ी नहीं। चवली हो जाना, बगैरत ही हो जाना तू। उन्हें गल की बड़ा बगैरत है जे। हाँ जी, कल एक बस के पिछले कुड़ी उतरी, इन्हें उतरते ही हाथ पाल लिया अच करके, इंज करके हाथ फाड़ के उन्होंने इतों इंज ला के इंज इंज कर लग पाया। बड़ा बगैरत है, हूँ मेरा मूँह की वेख दे। चल तेरी वारी है। सिर्फ चलाकी की थी, तो नहीं करने वास्ते। शर्म नहीं, जिस तरह मैनू पता नहीं तेरी गाली। बगैर ते तू ते तेनू ते समझ किसे गल दी नहीं। लै इंज करके हाथ बड़ा मासूम है तू। बड़ा मासूम है। नवी काली जुत्ती ले आ, तो कर ले पास करने।
ਉਹ ਸਾਰਿਆਂ ਨਵੀਂ ਹੈ ਉਹ ਜਪਾਲ ਮੈਂ ਬਚਪਨ ਤੋਂ ਹੀ ਮਸੂਮ ਸਾਂ ਹਾਂ ਆ ਕਿੱਧਰ ਇੰਗਲਿਸ਼ ਫਿਲਮ ਵੇਖੀ ਇੱਕ ਮੈਂ ਅੱਛਾ ਬੜੀ ਅੱਛੀ ਫਿਲਮ ਸੀ ਅੱਛੀ ਸੀ ਹਾਂ ਉਹਦੇ ਚ ਇੱਕ ਅੰਗਰੇਜ਼ ਨਹੀਂ ਸੀ ਹਾਂ ਉਹਦੇ ਤਿਲ ਬੜੀ ਸੋਹਣੀ ਜਗ੍ਹਾ ਤੇ ਸੀ ਕਿਹੜੀ ਜਗ੍ਹਾ ਤੇ ਚਲੋ ਛੱਡੋ ਪਰ ਐਵੇਂ ਕੀ ਪਿਆ ਇਸ ਗੱਲਾਂ ਨਹੀਂ ਨਹੀਂ ਦੱਸ ਮੈਂ ਨਹੀਂ ਐਵੇਂ ਜੁੱਤੀਆਂ ਮਾਰਨ ਲੱਗ ਪਵੇ ਕੀ ਮੈਂ ਨਹੀਂ ਨਹੀਂ ਮੈਂ ਨਹੀਂ ਮਾਰਦੀ ਦੱਸ ਮੈਨੂੰ ਦਿਖਾ ਮੈਨੂੰ ਓਏ ਨਹੀਂ ਨਹੀਂ ਕੀ ਕਰ ਰਿਹਾ ਹੈ ਹੈ ਪਤਾ ਨਹੀਂ ਹੋ ਗਿਆ ਇੱਥੇ ਕਰਕੇ ਹੈਗਾ ਸੀ ਮਾਫ ਕਰ ਦੇਣਾ ਬਚਪਨ ਦਾ ਯਾਰ ਜਦੋਂ ਮੈਂ ਦੁਕਾਨ ਬੰਦ ਕੀਤੀ ਤੂੰ ਰੌਲਾ ਪਾ ਦੇ ਤੇ ਰੌਲਾ ਪਾਇਆ ਤੇ ਦੌੜਿਆ ਮੈਂ ਹੋਰ ਉਹਦਾ ਕਾਪਰੇਟ ਕਰਨ ਲੱਗ ਪਿਆ ਸੀ ਕਾਪਰੇਟ ਕਰ ਔਰ ਅਸੀੜ ਕਿੱਥੇ ਨਹੀਂ ਉਹ ਸਿਗਟਾਂ ਦਾ ਲੈ ਕੇ ਟੁਰਨ ਲੱਗਾ ਉਹ ਖੋਖੇ ਵਾਲੇ ਦਾ ਮੁੰਡਾ ਕਿਤੇ ਬਿਮਾਰ ਸੀ ਅੱਛਾ ਉਹ ਦੁੱਖ ਸੁੱਖ ਫੋਲਣ ਲੱਗ ਪਿਆ ਟੈਨਸ਼ਨ 'ਚ ਦੋ ਉਹ ਪੀ ਗਿਆ ਦੋ ਮੈਂ ਪੀ ਗਿਆ ਕੋਈ ਕੰਮ ਕਰਕੇ ਨਾ ਪਰਜਾਈ ਤੇਰੀ ਮਾਸ਼ਾ ਅੱਲਾ ਸੋਹਣੀ ਜੋੜੀ ਬਣਾਈ ਆ ਬਸ ਓਏ ਅਸੀਂ ਲਿਆਉਣੀ ਭਰਾ ਦੀ ਜੰਜ ਜੀ ਰੁਪਈਏ ਲਟਾਉਣੇ ਨਾ ਰੁਪਈਏ ਸ਼ੁਕਰ ਆ ਬੰਦ ਹੋ ਗਏ ਰੁਪਈਏ ਲਟਾਉਣੇ ਨੇ 300 ਬੰਦਾ ਲਿਆਉਣਾ ਸੀ ਜੰਜ ਨਾਲ ਪੂਰਾ 300 ਵੀਰੇ ਉਹ ਤਾਂ ਨਾਲਾ ਪਾ ਲਈ ਵੀਰੇ ਮੈਨੂੰ ਹੁਣ ਲੱਭ ਗਿਆ ਮੈਂ ਹੁਣ ਪਾ ਲਊਂਗਾ ਚਲੋ ਬਈ ਜਾਓ ਕੀ ਅੰਦਰ ਜਾਓ ਤਨਹਾਈ ਚਾਹੀਦੀ ਮੈਨੂੰ ਤੈਨੂੰ ਕਬਰਸਤਾਨ ਲੈ ਜਾ ਤੁਸੀਂ ਰੌਲਾ ਪਾ ਦਿੱਤੇ ਹੋ ਜੇ ਆਇਆ ਤੇ ਇਹਦੇ ਨਾਲ ਪਿਆਰ ਕਰਦੀ ਦੌੜ ਜਾ ਦੰਦੀ ਬੜੀ ਜ਼ੋਰ ਨਾਲ ਵੜਦਾ ਤੇਰਾ ਤਾਂ ਨਾਲਾ ਨਹੀਂ ਗਿਆ ਤੈਨੂੰ ਕੀ ਪਤਾ ਪਤਾ ਨਹੀਂ ਦੰਦੀ ਵੜ ਕੇ ਕੱਢ ਕੇ ਲੈ ਗਿਆ ਤਿਆਰ ਹੋ ਜਾਓ ਭਰਜਾਈ ਨੱਚਣ ਲੱਗੀ ਜੀ ਮੇਰੀ ਗੱਲ ਸੁਣ ਤੇਰੇ ਭਰਾ ਨੂੰ ਮੈਂ ਸਿੰਘਾਂ ਲੈਣ ਭੇਜਦਾ ਹੁਣ ਇਹ ਦੱਸ ਤੇਰਾ ਦਿਨ ਮੇਰੇ ਬਾਰੇ ਚ ਕੀ ਹੈ ਤੀ ਤੈਨਾ ਬੇ ਇਹ ਲਾ ਫਸ ਜਾ ਕੋਈ ਕੁੜੀ ਵੀ ਨਹੀਂ ਮੰਨਣ ਦੀ ਇਹ ਫਤਨਾ ਥੀ ਹੁੰਦਾ ਹੈ ਫਤਨਾ ਤੈਨੂੰ ਸਾਰਾ ਪਤਾ ਹੈ ਐਡੀ ਤੂੰ ਕਿਤੇ ਫਤਨਾ ਜੀ ਹੁੰਦਾ ਹੈ ਓਏ ਮਨ ਤੂੰ ਵੀ ਨਹੀਂ ਪਤਾ ਦੇ ਤਤਮ ਦੇ ਨਾਲ ਹਾਂ ਤੈਨੂੰ ਕੁੱਤ ਨਹੀਂ ਪਤਾ ਤੇਰੀ ਸਰਕਾਰ ਫਿਲਮ ਵੇਖੀ ਆ ਮੈਂ ਉੱਤੋਂ ਤਾਂ ਸੋਚਿਆ ਤੈਨੂੰ ਤਾਂ ਸਾਰਾ ਪਤਾ ਸਾਨੂੰ ਕੁਛ ਨਹੀਂ ਪਤਾ ਤਮੀਦ ਨਾ ਤਲ ਤਲੀ ਤਮੀਦ ਨਾ ਮੈਂ ਤੁਲੀਆਂ ਮਤਲੇ ਟੈਪ ਦੀ ਤੁਲੀਆਂ ਕਿਉਂ ਆਪਣੇ ਵਕਤ ਭੁੱਲ ਗਈਆਂ ਤੀ ਆ ਹੁਣ ਇੱਥੇ ਗਾਣੇ ਖੁੱਲ ਗਏ ਤੇ ਆਪਣੇ ਵਕਤ ਭੁੱਲ ਗਈਆਂ ਪੁਰਾਣੇ ਵਕਤ ਯਾਦ ਕਰੋ ਜਦੋਂ ਦਸਤਾਨੇ ਸੀਂਦੀਆਂ ਸੋ 12 ਰੁਪਏ ਦਰਜਨ ਦੇ ਮਿਲਦੇ ਸੀ ਪਤਾ ਤੀ ਨਹੀਂ ਤੀ ਬੇੜੇ ਘਰ ਕੋਏ ਤੂੰ ਹੈ ਹੀ ਫੱਫੇ ਕੁੱਟਣ ਵੀ ਫੱਫੇ ਕੁੱਟਣ ਦੀ ਹੁੰਦੇ ਫੱਫੇ ਕੁੱਟਣ ਦੇ ਨਹੀਂ ਪਤਾ ਨਹੀਂ ਆ ਡਰਾਮੇ ਨੇ ਕੁੜੀਆਂ ਨਹੀਂ ਇਹਨਾਂ ਦੀਆਂ ਅੰਮੀਆਂ ਹੁੰਦੀਆਂ ਹੀ ਪਿੱਛੇ ਸਿਗਰ ਲਾਈ ਹੁੰਦੀ ਗੋਲਡ ਦੀ ਲੱਤ ਤੇ ਲੱਤ ਰੱਖੀ ਹੁੰਦੀ ਸਾਨੂੰ ਕਹੀ ਨਹੀਂ ਆ ਮੇਰੀ ਕੁੜੀ ਨੂੰ ਪਾਣੀ ਪਿਆ ਵੇ ਲੈ ਬਈ ਸਾਲੀ ਆ ਪਿਆ ਲਾ ਤੇਰੀ ਲੱਤ ਟੁੱਟੀ ਆ ਆ ਮੇਰੇ ਨਾਲ ਹੁਣੇ ਹੀ ਆ ਵਾਕਿਆ ਹੋਇਆ ਜੀ ਇੰਟਰਵਲ ਤੇ ਅਸੀਂ ਤੈਨੂੰ ਪਾਣੀ ਦਿਉਣ ਵਾਲੇ ਲੱਗਦੇ ਹਾਂ ਆਪਣੇ ਵਕਤ ਭੁੱਲ ਗਈ ਆ ਹੁਣ ਪਿੱਛੇ ਜੇ ਗਾਣੇ ਬੰਦ ਹੋਏ ਤੇ ਮਰਨ ਵਾਲੀਆਂ ਹੋਈਆਂ ਸੀ ਇਹਨਾਂ ਦੀਆਂ ਮਾਵਾਂ ਪਹਿਲਾਂ ਸਿਗਰਟ ਪੀਂਦੀਆਂ ਗੋਲਡ ਲੀਵ ਜਦੋਂ ਗਾਣੇ ਬੰਦ ਹੋਏ ਤੇ ਟੋਟੇ ਚੁੱਕ ਕੇ ਪੀਣ ਲੱਗ ਪਈਆਂ ਪਰ ਉਦੋਂ ਪੇਟੀਆਂ ਚੋਂ ਵੈਲ ਦੇ ਸੂਟ ਨਿਕਲੇ ਸੀ ਹੁਣ ਫਿਰ ਐਡੀ ਕਿਤੇ ਤੁਰੇ ਨਹੀਂ ਤੂੰ ਅੱਧਾ ਤੋਨਾ ਤੇ ਲੈ ਲੈਂਦਾ ਨਹੀਂ ਆਪਣੀ ਤੱਤਰ ਵੇਤੀ ਹੂੰ ਮੈਂ ਤੇ ਛੀ ਵਲ ਕੇ ਦੀਵਾਨ ਨਾ ਥਾ ਦੀ ਤੰਨੀ ਹੂੰ ਯਾਦਗਾਰ ਨਾ ਕਰ ਲਾ ਫਿਰ ਓ ਮੈਂ ਤੇਲੀ ਬਾਦੀ ਦੀ ਤਲਾ ਦਵਾਂਦੀ ਵਦਾ ਆ ਉਧਰ ਨਿਕਲ ਜਾ ਤੇਰੀ ਜ਼ਬਾਨ ਸਹੀ ਹੋ ਜਾਣੀ ਹੂੰ ਇੰਡੀਆ ਤੋਂ ਆਤੰਕਵਾਦੀ ਆਇਆ ਜੀ ਕਿਹੜਾ ਕਰਨ ਆਇਆ ਜੀ
भाई जी इंसान ही इंसान दे काम इंसान ने केड़े पासे लाया मेनू तो नहीं आ रहा दुनिया तो अगर चंगे बंदे टुर जान ते कयामत आ जाए भाई जी ਤੁਸੀਂ ਗੱਲ ਨਹੀਂ ਸਮਝ ਰਹੇ ਅੰਦਰ ਲਈ ਆਪਣੇ ਲੋ ਪਾਥੀਆਂ ਲੈਣਾ ਆ ਬੱਚੀ ਦਾ ਯਾਦਗਾਰ ਨਾ ਵਿਆਹ ਕਰਾ ਲੈਣਾ ਆਹੋ ਇਹ ਜੀ ਕੁੜੀ ਮਰਵਾ ਲੈਣੀ ਸਾਲਿਆ ਲੈ ਫਿਰ ਜੈਸਾ ਇਨਸਾਨ ਦੇ ਕੰਮ ਨਹੀਂ ਆਉਣਾ ਕੁੱਤੇ ਦਾ ਪੁੱਤਰ ਫਿਰ ਜੈਸਾ ਹਿੰਮਤ ਦਵਾਈ ਖਾ ਕੇ ਉਹ ਤੋਂ ਵੀ ਜ਼ਿਆਦਾ ਹੋਈ ਆ ਤੀਤਾ ਤੁੱਤ ਤੋਨੋ ਦੁਨੀਆ ਦੇ ਵਿੱਚੋਂ ਚੰਗੇ ਬੰਦੇ ਅਗਰ ਟੁਰ ਜਾਣ ਤੇ ਕਿਆਮਤ ਆ ਜੇ ਯਕੀਨ ਮੰਨੋ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦਾ ਭਾਈ ਜੀ ਅੱਛਾ ਦੇ ਤੂੰ ਮੈਂ ਅੱਧੀ ਮਥੂਮ ਆ ਲੈ ਅੱਧੀ ਮਥੂਮ ਤੂੰ ਕੌਣ ਹੈ ਤੂੰ ਇਹ ਤੇ ਥੱਤੀ ਓਏ ਆ ਥੱਤੀ ਆ ਹੈ नक फीना हो गया मैं समझ गया तेरी गल कुड़ियां बेवफा हुंदियां आ कुड़ियां दे पिछे जाना नहीं चाहिदा कुड़ियां दी वजह तो बंदे बर्बाद हो जांदे कुड़ियां झूठियां कुड़ियां बेवफा आ मुंडे ठीक आ ठीक आ जद मैं जो गल करना ते वेख मुंडा चल ना ए ओ थत्तिया ਕੀ ਤਾਲ ਤਮੀਜ਼ ਨਾ ਤਾਲ ਤੋਲੋ ਕਿ ਤਾਲੇ ਤੋਲੀ ਤਲੋਤੀਆਂ ਪਤੀ ਨਹੀਂ ਤਲੀ ਉਹ ਤੇਰਾ ਤਾਂ ਸਾਰਾ ਕੰਮ ਹੀ ਖਰਾਬ ਹੋ ਜਾਣਾ ਤੇ ਉਹ ਤੇਰਾ ਤੇ ਵਿਆਹ ਨਹੀਂ ਜਾਇਜ਼ ਹੋ ਸਕਦਾ ਤੇ ਉਹ ਮੈਂ ਵਿਆਹ ਤਲਾਂ ਦੀ ਕਰਾਂਗੇ ਲੇਕਿਨ ਕਹਿ ਹੋ ਨਹੀਂ ਸਕਦਾ ਵਿਆਹ ਚ ਕਹਿਣਾ ਪੈਂਦਾ ਕਬੂਲ ਹੈ ਤੂੰ ਕਹਿ ਨਹੀਂ ਸਕਦੀ ਕਹਿ ਤੇਰਾ ਕਬੂਲ ਹੈ ਕਬੂਲ ਹੈ ਲੈ ਕਬੂਲ ਇਹ ਬੱਚੇ ਹਰਾਮ ਕਰਨ ਵਾਲੀ ਗੱਲ ਸਾਰੇ ਕਰਨ ਦੇ ਤੂੰ ਬਾਜੂ ਰਿਹਾ ਹਾਂ ਇਹਨੂੰ ਕੋਈ ਐਸਾ ਵੈਸਾ ਸਵਾਲ ਨਾ ਪੁੱਛੇ ਦੀ ਜ਼ਬਾਨ ਨਹੀਂ ਠੀਕ ਇਹਨੇ ਕੁਝ ਗਲਤ ਕਹਿ ਦੇਣਾ ਤੇ ਅਸੀਂ ਬੈਨ ਹੋ ਜਾਣਾ ਆਹੋ बाकी सारी गल छो जी आस बाल सू मुबारकबाद दो इन्हों अला ने पुत्र दिता है बस हम प्यो का पता लग जाना खामद कहो अमन हामद नहीं खामद खसम खसम का पता ही नहीं दी जख्म तो वड्डा हुंदा ही ਇਨਾ ਜ਼ਖਮ ਐਡਾ ਖਸਮ ਹੁੰਦਾ ਯਾਰ ਖਸਮ 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 ਦਾ ਨਹੀਂ ਪਤਾ ਤਦਮ ਤੰਨੇ ਮੈਂ ਤੇ ਖਸਮ ਦਾ ਨਹੀਂ ਪਤਾ ਨਹੀਂ ਆ ਖਸਮ ਰਾਤੀ ਰਾਤੀ ਬਨੈਨ ਪਾ ਕੇ ਵੇੜੇ 'ਚ ਫਿਰਨ ਦਿਆ ਵੇ ਖਸਮ ਹੁੰਦਾ ਹਾਂਜੀ ਆ ਜਿਹੜਾ ਮੈਨੂੰ ਆਪਣੀ ਫਿਕਰ ਪਈ ਆਪਣੀ ਬੀਵੀ ਨੂੰ ਡੈਮੋ ਬਸ ਦੇ ਵਿੱਚ ਲੈ ਕੇ ਚੜਿਆ ਉੱਥੇ ਫਿਲਮ ਬਣਾਉਣ ਲਾਇਆ ਉਹਨੂੰ ਕਹਿੰਦਾ ਪਾਇਨ ਮੇਰੀ ਫਿਲਮ ਬਣਾਉਣੀ ਮੇਰੀ ਬੀਵੀ ਦੀ ਨਹੀਂ ਕਿਉਂਕਿ ਇਹਦੀ ਹਾਰ ਰੋਡ ਤੋਂ ਮਿਲ ਜਾਂਦੀ ਚਾਦਰ ਲਾ ਇੱਥੇ ਪੰਕਜ ਉਦਾਸ ਦੇ ਆ ਸਾਲਿਆ ਚਾਦਰ ਇੰਜ ਲਈ ਆਪਣੇ ਲੋ ਮਹਿੰਗੇ ਅਲੀ ਖਾਨ ਸਾਹਿਬ ਫੀਨੀ ਹੈ ਬਸੇ ਇਹ ਜਿਹੋ ਜਿਹਾ ਤੇਰਾ ਨੱਕ ਹੈ ਤੂੰ ਤੇ ਮੇਰੇ ਨਿੱਛ ਨੂੰ ਤਰਸਦਾ ਹੋਣਾ ਇਹਦੇ ਕੰਨਾਂ ਤੇ ਵਾਲ ਵੇਖ ਚਿੜੀਆ ਘਰ ਜਾ ਕੇ ਕਹਿੰਦਾ ਟਿਕਟ ਦਿਓ ਮੈਂ ਬਾਂਦਰ ਵੇਖਣਾ ਉਹ ਕਹਿੰਦੇ ਸਰ ਤੁਸੀਂ ਇੱਥੇ ਖਲੋਵੋ ਤੁਹਾਨੂੰ ਵੇਖਣ ਆਉਂਦੇ ਆ ਮਸ਼ਹੂਰ ਸ਼ਹਿਰ ਦੱਸ ਕਹਿੰਦਾ ਭੈਣ ਤੁਸੀਂ ਲੈ ਚੱਲੇ ਹੋ
पहले रक्षा चलाउंदा सी सारा दिन रक्षे दे विच बैठा रहा कोई सवारी नहीं आई शाम नूं अकेला बैठा एक सवारी जाके दी पाई नहीं छिरे जाणा चावल कहंदा अगो सजे हाथ हो जाणा हां छोटे भरा नूं गड्डी लाग दी नाल बाह मार दी मैं कोई कीते कहंदा गड्डी एक हाथी चंगी रहिंदी यार साले चला के तेरी मां ओए गड्डी ते पेड़ दी कुर्बानी देंदे आ मैं कहा लेले दी देई दी आ कहंदा अम्मी दे नां दी देनी आ कितना मजा बंदा बिल्डिंग चढ़ सिर्फ एक गल कहिंदा वेखी सब तो पहले थुक के थले जांदा बंदे को प्यो ने खोता रखा बच्चा बच्ची होने लगता प्यो गोल खोल के दुआ करन दिया यार खोता देई खोती देई एक बंदा कोल गया कहता जे खोता होना जे खोती होर की होना कहता नहीं मैं भी चावला मारदा रहा यार खोता दे आप ते खोते नूं वेख के कहंदे सी जवान लाड़ा टोंग जी केड़ा तेरी बेबे ने पजामा सी के दिता मेरे ना कार ते जांदे ते गड्डी बड़ी तेज चलाउंदे आ लाल शरा गड्डी पार करती मैं क्या की कीता ई कहंदा मैं गड्डी पागलां वांगू चलाउंना फिर लाल शरा गड्डी पार करती ओ मैं क्या की कीता ई कहंदा मैं गड्डी पागलां वांगू चलाउंना ला ते सबा शरा इहदे ने गड्डी रोकती मैं क्या की कीता कहंदा उधरों मेरे वर्गा पागल लाणा हुंदा होवे इहनूं इक बंदा कहंदा ओए एड्डा वड्डा जहाज हुंदा इहनूं रंग किवें करदे ने इहनूं कहंदा जा पागला तैनूं नहीं पता इह उड के दूर जाके जदों एड्डा हुंदा ने उदों करदे नहीं ऐ गल जिथे मेरे पे फुल बारिश हो रही फुल बारिश हो रही गड़े पैर गड़ 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 आ साला छतरी लैके बूटियां नूं पानी लावे ओ की सी ओ सैन सी तेज बारिश होण दी मेरे घर आया चिकड़ चिकड़ च लिबड़िया अच्छा इहनूं मैं कहा तू सौं जा इत्थे हुण सवेरे चल जाई मैच करके आया ते फिर वापस चलेगा फिर आया मैं कहा किधर कहिंदा मैं घर कहिण दिया मैं उत्थे सौण ਚਵਲਾ ਪਹਿਲੇ ਉੱਥੇ ਸੌ ਜਾ ਇਧਰ ਇੱਕ ਇੱਕ ਮਿੰਟ ਆਪਣੀ ਕੰਡ ਦੇ ਐਕਸਰੇ ਕਰਾ ਕੇ ਟੇਸ਼ਨ ਤੇ ਮੰਗਣ ਡਿਆ ਭਾਈ ਜੀ ਮੇਰੇ ਦਿਲ 'ਚ ਸੁਰਾਖ ਹੈ ਲੋਕਾਂ ਫੜ ਕੇ ਛਿੱਤਰ ਮਾਰੇ ਮੈਂ ਕਿ ਸਾਲੇ ਕਿਹੜਾ ਦਿਲ 'ਚ ਦੇ ਅਲਦੜ ਪਹਾੜ ਬਣੇ ਨੇ ਹੈ ਭਾਈਆਂ ਨੂੰ ਖੋ ਦਿਲ ਭਾਰ ਨਹੀਂ ਪਈਦਾ ਇਹ ਦੇਖੋ ਇਹ ਦੇਖੋ ਇਹੋ ਜਿਹੀਆਂ ਚਿੜੀਆਂ ਆਪਣਾ ਅੰਡਾ ਵੇਖ ਕੇ ਖੁਸ਼ ਹੁੰਦੀਆਂ ਪੁੱਟੀ ਚੀ 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 रौला पाता शेर ही है भाजी बचाओ शेर ही है शेर ने रख के चपेट मारी कहता कुत्ते दे पुत्रा मेरी भी नौकरी गवाऊ है अजकल बड़े मशहूर ने महल
माई ने मावा भैन दया गां कड़िया एडी मुश्किल उधर द गई हा मैं तेरी बड़ी मेहरबानी तू मेरी जान बचा ली अज मेरी सालगिरह सी ताया कहिंदा अच्छा हैप्पी बर्थडे सारे पुलिस करके निशाने ला रहे किसी को सही नहीं लग रहा जाके कहता जा तुम निशाना नहीं लाना इधर बंदूक फड़ाओ इन्हें यानी करके निशाना लाया इन्हें को भी सही नहीं लगा उल्टा उन्होंने कह दिया रोज पहले 10 रुपए देता फिर 5 रुपए फिर रुपया हाँ। प्यो फकीर से कहता भाजी पहले तुम मैं 10 दिन दे दो फिर 5 फिर रुपया वह कहता जी सर पहले मैं कुआरा सा तुम 10 देना फिर मेरा ब्याह फिर मैं 5 कर फिर मेरे बच्चे स्कूल जा लगा पे मैं तुम रुपया करता यदा प्यो कहता अच्छा साढ़े पैसे ने बच्चे पढ़ाने लाया जे सिगरेट पीन डी मरबा भी परस च रख दी सालिये सही बोल सालिये दिल तो नहीं घबरा सालिये सही बोल वर्कशॉप पा के बैठा रहा गड्डी ठीक होनी है चौथी मंजिल से पा के बैठा पुछो क्यों चौथी मंजिल इंसान ही इंसाना काम आता यार चलो फिर मोबाइल नंबर ही देखरेट लो अरबी च गोल डिफ लिखा सारा चुम के कंध ते रख आया छोटा शीशा छोटी चिमटी ला के मां की किल पुटन लई टक टक ये कहना मां जी ये करन दियो कहंदी पुत्र किल पुटन नहीं है कहंदा पहले ठुकवाया क्यों सजे जुतियां मार के करता 14 अगस्त दिन जहाज का सलंसर कढ के उड़ाउन दिया इधर आ तू उधर चला गया मोला जड़ फिल्म देखन गया ते जाके सो गया फिर अगले दिन गया फिर जाके सो गया तीजे दिन वेखन गया तो मुसला क्रैशी कहना नवा है सोने कहता 3 दिन हो गए आंदे इंसान ही इंसान
ਨਾ ਮੈਂ ਦੱਸਿਆ ਬਹੁਤ ਦਫਾ ਹੋ ਜਾ ਇਹ ਕਿਉਂ ਰੱਖਿਆ ਇੱਥੇ ਤੁਸੀਂ ਓਏ ਐਵੇਂ ਬਸ मामे दे मुंडे नूं पुछ लो भावे ओही कहिंदे झूठ बोलदा अच्छा इहो जी कुड़ी नूं अचानक कुत्ता पवे ना डर जांदी मैं नाजमा गलियां पकियां करन आया नाजम इलेक्शन ते खलोता हां एक बंदे ने वोट पाया बेहोश हो गया अल्लाह पाक की कसम मैं खलोता ही नहीं चलो अंदर कौन है पागल है पागल है हाय लो पागला बचाओ मैं पागला मेरे तो पर्चा भी नहीं होना मेरे तो पर्चा नहीं होना तेरा खर्चा नहीं होना दफा हो जा ताकत किन्नी है तेरे इधर आ जा बच्ची के सामने नहीं कहता होता ताकत किन्नी है इधर हो जा इधर वैसे छुरी इतने ला के फिर इन्हें बेबे अंदर गंढे कटन तो बैठी तेरी गल सुन अंदर ले के जा परे अंदर ले जा मशूक है मेरी वो अंदर जाके भाई मैंने सीधा कर ले ओए लाचा भाई हैं लाचा भाई हां हां नहीं लाचा भाई हां जी अच्छा लाचा भाई लाचा हां ही लाचा हां लाचा अच्छा अच्छा की है की आप तो की लाचा बहुत मिसाल देती है यार ना कर फिर मेरी ये होली चीज डिस्टर्ब नहीं है एदा मुंह किड्डा वड्डा है अन्ने नहीं अजी ਤੁਸੀਂ ਪੂਰਾ ਵੇਖਿਆ ਹੀ ਨਹੀਂ ਅੱਛਾ ਇਹ ਤੁਸੀਂ ਉਹਨੇ ਇਥੋਂ ਤੱਕ ਸਹੀ ਗੱਲ ਹੈ ਬੜਾ ਵੱਡਾ ਮੂੰਹ ਹੈ ਵੈਸੇ ਇਹ ਤੇ ਕੱਲ ਹਮਾਮ ਤੇ ਸ਼ੇਵ ਕਰਾਣ ਕੇ ਨਾਈ ਇੱਥੇ ਤੱਕ ਸ਼ੇਵ ਕਰਕੇ ਬਹਿ ਗਿਆ ਮੈਂ ਕਿਹਾ ਪੂਰੀ ਸ਼ੇਵ ਕਿਉਂ ਨਹੀਂ ਕਰਦੇ ਕਹਿੰਦਾ 1 ਮਿੰਟ ਜੀ ਜ਼ਰਾ ਉਸ ਤਰ੍ਹਾਂ ਠੰਡਾ ਹੋ ਲੈ ਉਸ ਤਰ੍ਹਾਂ ਗਰਮ ਕਿਉਂ ਹੋਇਆ ਕਿਉਂ ਹੋਇਆ ਉਹ ਨਾਈ ਨੇ ਉਸਰੇ ਦੇ ਕੰਨ 'ਚ ਗੰਦੀ ਗੱਲ ਕੀਤੀ ਹਾਏ ਹੱਸਦਾ ਕਿਸ ਤਰ੍ਹਾਂ ਹੈ ਓ ਹਾ वैसे आपस की गल है ये चिट्टा वड्डा ताडा मुंह है थक गया हो गया हां मैं फड़ा रहे हो जिसले थक जांगा ना हां जी तेनु फड़ावांगा ए लाल ते मेरे कोल ले रहण दे मेरी गल सुन हेलो 1000 मौका नहीं तू हेलो ए कौन ने कौन ने अपना चोरी चोर ले पिया जांदे यार कौन है चल जा ओए कौन है मैं सर्जेंट हां जी सर्जेंट सारा साहब पता लगन दिया मैं यहां मारो क्या थे हां तू ऐसे उस तरह लुकाए है बस यार की होए उस तरह जिस तरह तुसी कहया सी उस तरह लगाया ओए मेहमान है ते मेहमान मैं ओदे को चाह चुक ली है हां गल करन दे मेहमान ने सुत्ता पिया जी अच्छा सुत्ता पिया हां किसी ने नाले कट लिया फड़ के अच्छा ते इंज कर तू फिर सो जा कोई पा जाएगा ਨੇ ਕੱਢਿਆ ਫੇਰ ਪਾ ਜਾਏਗਾ ਨਾ ਨਾਲਾ ਐਡੀ ਤੂੰ ਸਿਆਣੀ ਉਲਟੀ ਹਾਂ ਸਾਈਂ ਜੇ ਸਾਈਂ ਇਹ ਕਿਹੜੀ ਗੱਲ ਐਸੇ ਮੇਰਾ ਨਾਲਾ ਨਿਕਲ ਗਿਆ ਤੇ ਮੈਂ ਤਾਂ ਤਰੀਕਾ ਦੱਸਦੀ ਹਾਂ ਦੱਸਣ ਨਹੀਂ ਤੂੰ ਤੂੰ ਤਾਂ ਜਲੀਲ ਕਰਵਾਉਣ ਦੀ ਉਹ ਲੈ ਜਾ ਅੰਦਰ ਜਾ ਕਾਤਲ ਗਿਆ ਭਰਾਵਾ ਇਧਰ ਆ ਲੰਡੇ ਦੇ ਲਿਆਕਤ ਅਲੀ ਖਾਨ ਇਹ ਤੇ ਇਹ ਵਾਕਈ ਤੇਰਾ ਨਾੜਾ ਗਵਾਚਿਆ ਜਾਂ ਕਿਤੇ ਦਵਾਈ ਲਾਈ मैं तेन कहा ना सू कोई देखता पे जिडा वा मूह है तुसी अचानक सुत्या उठ के थले मंजी तो लत्ता लमका के अचानक जुत्ती फड़न लगे डिग पे हुआ करके कदी नहीं इंज करो शुक्र नहीं डिगा नहीं नहीं ये नहीं डिगा है लैके जा इन्हां नूं तू तो गलत लगा कौन ने है कौन ने फिर एटवा हो रही है अच्छा नहीं नहीं जिन्ना मैं कीता है ओना आ ना ले तेरा नाड़ा गुआचा नहीं इन्हें कटे ही
ਮੈਨੂੰ ਸਾਫ ਲੱਗੇ ਕਿਹਨੇ ਵੀ ਕੱਢਿਆ ਯਾਰ ਕੀਤੀ ਤੇ ਕੁੱਤਿਆਂ ਵਾਲੀ ਹਰਕਤ ਨਾ ਵੀਰੇ ਇੱਕ ਤੇ ਤੇਰੇ ਮੂੰਹ ਚੋਂ ਕੁੱਤੇ ਨਹੀਂ ਇਹ ਸ਼ੇਰ ਨੇ ਇਹ ਕਿਹੜਾ ਸ਼ੇਰ ਹਾਂ ਇਹ ਇਥੋਪੀਆ ਦਾ ਸ਼ੇਰ ਹੈ ਵੀਰੇ ਇਹੋ ਸ਼ੇਰ ਹੈ ਜਿਹੜਾ ਨਾਲ ਦੇ ਸ਼ੇਰ ਨੂੰ ਕਹਿੰਦਾ ਯਾਰ ਬਸ ਮੈਨੂੰ ਤੇ ਟਾਈਫਾਈਡ ਨੇ ਨਹੀਂ ਉੱਠਣ ਦਿੱਤਾ ਇਹ ਨਹੀਂ ਵੀਰੇ ਉਹ ਸ਼ੇਰ ਹੈ ਜਿਹੜਾ ਦੂਜੇ ਸ਼ੇਰ ਨੂੰ ਕਹਿੰਦਾ ਹੁੰਦਾ ਜਦੋਂ ਕੁੱਤੇ ਭੌਂਕਦੇ ਮੇਰੇ ਤੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ तेरी केहो जी सी कहिंदा सैमार गई जवान री मार गई सोहनी सना अरगा कद एडा प्यारा वह बंदा कहिंदा मेरी छड चल तेरी लभी है ਬੋਲਦਾ ਨਹੀਂ ਹੁੰਦਾ ਹਾਂ ਔਰ ਨਾ ਅਗਲੇ ਨੂੰ ਬੋਲਣ ਦਿੰਦਾ ਤਾਂ ਤੂੰ ਕਦ ਨਹੀਂ ਅੰਦਰ ਦਫਾ ਹੋ ਪਾਗਲ ਨਾ ਹੋਣ ਤੇਰਾ ਕੰਮ ਸੀ ਸਿਰਫ ਬੱਚੀ ਲਿਆਣਾ ਮੈਂ ਇਹੋ ਹੀ ਨਾਸਾਂ ਹੀ ਦੇ ਦੇਣੀ ਨਹੀਂ ਨਾਸਾਂ ਐਡੀਆਂ ਹੈ ਨਹੀਂ ਤੁਸੀਂ ਇਹ ਕੌਣ ਨੇ ਇਹ ਮੇਰੇ ਮਾਮੇ ਦੇ ਪੁੱਤਰ ਨੇ ਮੁੱਖ ਲੈਣਾ ਤੇਰੀ ਜ਼ਿੰਦਗੀ ਦੇ ਉੱਤੇ ਉਹ ਕੰਜਰ ਕੁੱਤਿਆਂ ਵਾਲੀ ਗੱਲ ਕਰਨ ਦੇ ਵੀਰੇ ਆ ਨਹੀਂ 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 ਅੱਬੇ ਦੇ ਹੈ ਮੇਰੀ ਮਸ਼ੂਕ ਇਹਨੇ ਮੈਂ ਦੱਸ ਆ ਹਾਂਜੀ ਇਹ ਸਾਡੇ ਮਾਮੇ ਦਾ ਪੁੱਤਰ ਦਾ ਪੁੱਤਰ ਹੈ ਅੱਛਾ ਹੈ ਕੀ ਰਿਸ਼ਤਾ ਹੈ ਇਹ ਨਹੀਂ ਇਹਦਾ ਪਿਓ ਨਾ ਇਹਦਾ ਪਿਓ ਉਹ ਸਾਡਾ ਮਾਮਾ ਹੈ ਤੇ ਸਾਡਾ ਪਿਓ ਹੈ ਅੱਛਾ ਤੁਹਾਨੂੰ ਸਮਝ ਨਹੀਂ ਲੱਗ ਰਹੀ ਅਸਲ ਕੀ ਕਹਿਣਾ ਨੇ ਕਿ ਇਹ ਮੇਰਾ ਭਰਾ ਜੀ ਇਹ ਤੇਰਾ ਭਰਾ ਤੇ ਇਹ ਮੇਰਾ ਭਰਾ ਇਹ ਵੀ ਤੇਰਾ ਭਰਾ ਮੈਂ ਇਹਦਾ ਭਰਾ ਜਿਹੜਾ ਸਾਡਾ ਪਿਓ ਨਾ ਉਹ ਸਾਡੀਆਂ ਮੀਨਾ ਨੇ ਕੀਤਾ ਪਿਆ ਅੱਛਾ ਉਹ ਜ ਸਾਡਾ ਮਾਮਾ ਹੋ ਸਾਨੂੰ ਗੱਲ ਦੀ ਸਮਝ ਨਹੀਂ ਲੱਗੀ ਮੈਨੂੰ ਵੇ ਨਹੀਂ ਲੱਗੀ ਇਹਨਾਂ ਦਾ ਜਿਹੜਾ ਪਿਓ ਹੈ ਨਾ ਉਹਦੀ ਇੱਕ ਧੀ ਠੀਕ ਹੈ ਉਹਦੇ ਨਾਲ ਹੋਇਆ ਮੇਰਾ ਵਿਆਹ ਤੇਰਾ ਵਿਆਹ ਇਹ ਤਿੰਨੇ ਮੇਰੇ ਸਾਲੇ ਦੇ ਨਹੀਂ ਲੱਗਦਾ ਕੋਈ ਸਹੀ ਨਹੀਂ ਸਮਝ ਯਾਰ ਸਮਝ ਲੈ ਉਹਨੂੰ ਸਮਝ ਆ ਗਈ ਮੈਂ ਆਰਾਮ ਨਾਲ ਬਹਿ ਕੇ ਸਮਝਾ ਲਾਂਗਾ ਉਹ ਵੀਰੋ ਕਿੱਥੇ ਆਰਾਮ ਨਾਲ ਚੱਲ ਅੰਦਰ ਦਫਾ ਸਾਨੂੰ ਤਾਂ ਅੰਦਰ ਕੇ ਝੰਡਿਆ ਵੀ ਯਾਰ ਯਾਰ ਮੇਰੀ ਗੱਲ ਸੁਣ ਸਾਡਾ ਨਾਲਾ ਲਿਆ ਕੇ ਮੈਂ ਨਹੀਂ ਜਾਂਦਾ ਫਿਰ ਤਾਂ ਮੇਰੀ ਗੱਲ ਸੁਣ ਤੁਹਾਡੇ ਕੋਲ ਕੋਈ ਫਾਲਤੂ ਪਿਆ ਜੀ ਕੁਛ ਨਹੀਂ ਹੁੰਦਾ ਯਾਰ ਪੁੱਛਣ ਚ ਕੀ ਹੋ ਜਾਂਦਾ ਚੱਲ ਚੱਲ ਅੰਦਰ ਕੀ ਜਾਣਦਾ ਯਾਰ ਮੁੜ ਕੇ ਕੱਲ ਲਿਆ ਜਾਂਗੀ ਕੱਲ ਲਿਆ ਜੇ ਨਿਕਲਿਆ ਅੱਜ ਲੈ ਆਏਗੀ ਕੱਲ ਹੁਣ ਟੈਨਸ਼ਨ ਨਾ ਲੈ ਦੋ ਦਿਨ ਇੱਥੇ ਬੈਠਾ ਇੰਤਜ਼ਾਰ ਕਰਦਾ ਰਹਾਂ ਚਲੋ ਮੈਂ ਤੁਹਾਡੇ ਨਾਲ ਚੱਲਣਾ ਮੈਂ ਲੜਨ ਵਾਲਾ ਚੱਲ ਠੀਕ ਆ ਜਾ मैं राज सौ में जाना ते फिर अगला मुसाफर आके आप ही ठा लो चलो चलो ਕਾਪੀ ਪਾੜ ਦਿੰਦਾ ਹੁੰਦਾ ਚੱਲ ਅੰਦਰ ਦਫਾ ਹੋ ਚੱਲ ਇੱਥੇ ਨਹੀਂ ਜੱਗ ਮਾਰੀਦਾ ਹੁੰਦਾ ਸਾਰਾ ਜੱਗ ਦੇਖਣ ਡਿਆ ਤੂੰ ਕਿੱਥੇ ਜੱਗ ਮਾਰਨ ਡਿਆ ਚੱਲ ਅੰਦਰ ਦਫਾ ਹੋ ਅੰਦਰ ਕੋ ਦਫਾ ਮੈਂ ਕਤਲ ਕੀਤਾ ਹਾਂਜੀ ਤੂੰ ਵੀ ਛੱਡ ਦੇ ਕੀ ਟੈਨਸ਼ਨ ਹੈ ਤੈਨੂੰ ਉਹ ਦੇਖ ਜੁਲਫੀ ਕੀ ਕਰਦਾ ਵੇ ਕੀ ਕਿਹੜੀਆਂ ਚਿੜੀਆਂ ਉਹ ਆਉਂਦੇ ਕੀ ਕੀ ਓਏ ਚੱਲ ਅੰਦਰ ਉਹ ਤੂੰ ਇਹੋ ਜੀ ਕਟਿੰਗ ਕਿਉਂ ਕਰਾਈ ਇਹ ਮਸੀਹ ਤਾਂ ਪੱਖਾ ਲੰਗਾ ਫੜਿਆ ਰਿਹਾ ਸੀ शर्म नहीं आती मरना बोलिया ना कुड़िया फखर ना कहती आंदा जी मैं रायवेट नहीं जाना आंदा तू क्या
छोड़ दियो उस डांस नू डांस एक बुराई है पर मैं तुम्हें नहीं रोक सकता मैं इंद्र जुतियां पैनिया इस गाने चो अल्लाह ने तेन पुत्र देना ही घूमे ही बड़ा इन्हें को मेरे को इन्हें को देना देखो जी मेरी गल सुनो तुसी तुहानू एक गल कहनी है ਤੁਸੀਂ ਬੜਿਆਂ ਨੂੰ ਫਿਲਮਾਂ 'ਚ ਦੇਖਿਆ ਆਈ ਲਵ ਯੂ ਆਈ ਲਵ ਯੂ ਆਹੋ ਮੈਨੂੰ ਕੋਈ ਝੂਠਾ ਕਹਿ ਦੇ ਆਈ ਲਵ ਯੂ ਤੁਹਾਡਾ ਕੀ ਜਾਣਾ ਗਰੀਬ ਦਾ ਭਲਾ ਜਾਏਗਾ ਤੈਨੂੰ ਪਤਾ ਇਸ ਕੰਮ 'ਚ ਪੈਸੇ ਕਿੰਨੇ ਲੱਗਦੇ ਨੇ ਮੇਰੇ ਕੋਲ ਸ਼ਰਾਬ ਦਾ ਸਾਈਕਲ ਵੇਚ ਕੇ 1700 ਤੇਰੇ ਤੇ ਲਾ ਦੇਵਾਂਗਾ ਚੱਲ ਮੈਂ ਚੱਲ ਫੇਰ ਵੀ ਤੇਰੀ ਗੱਲ ਨਹੀਂ ਕਰਨੀ ਮਿਹਰਬਾਨੀ ਇੱਕ ਵਾਰੀ ਕਹਿ ਦੇ ਗੱਲ ਸੌਰੀ ਇੱਕ ਵਾਰੀ ਖੁਦਾ ਦਰਸੀਆ ਵੇਖ ਲੈ ਚੱਲ ਆਈ ਲਵ ਯੂ ਸ਼ਟ ਅਪ ਕੀ ਕਰਨਾ ਚਾਹਤੀ ਹੈ ਮੈਨੂੰ ਬਕਵਾਸ ਕਰਨ ਦੇ ਹੋ
ਇਹਨੂੰ ਕੁਛ ਨਹੀਂ ਆਇਆ ਤੈਨੂੰ ਕੁਛ ਨਹੀਂ ਆਇਆ ਇਹਨੂੰ ਕੀ ਆਇਆ ਮੇਰਾ ਘਰ ਉਹਨੇ ਨਾ ਸਿਗਰਟ ਭਜਾ ਦਿੱਤੇ ਮਾਰਿਆ ਨਹੀਂ ਭੱਲੇ ਖਵਾਏ ਨੇ ਮਾਰਿਆ ਹੋਰ ਕੀ ਕੀਤਾ ਤੈਨੂੰ ਤੇ ਮਾਰ ਪਈ ਨਹੀਂ ਇਹ ਤੇ ਕੂਲਰ ਲੈ ਕੇ ਗਿਆ ਸੀ ਸਾਨੂੰ ਮਾਰਨ ਦੇ ਲੇਕਿਨ ਆਣ ਦੇ ਗਰਮਾਨ ਦੇ ਮੇਰਾ ਪੇੜਾ ਕਰ ਆ ਮੈਨੂੰ ਤੇ ਇੱਕ ਬੰਦੇ ਨੇ ਹੱਥ ਤੱਕ ਨਹੀਂ ਲਾਇਆ ਉਹ ਆ ਗਿਆ ਕਾਫਰ ਲਵਾਰ ਕੀ ਹੋਇਆ ਬਿਲੀ ਅੱਖ ਦੇ ਪੱਟੀ ਕੋ ਬੰਨੀ ਹੈ ਇੱਧਰ ਗੰਦੀਆਂ ਹਰਕਤਾਂ ਹੋਣ ਲਈਆਂ ਸਨ ਇਹ ਭੈਣ ਜੰਮੀ ਕਿੰਨੇ मेरे वाली दवाई हीरे नु किने दित्ती ओए भाई जी इंसान ही मेरे इंसान ना तो हो जा किसी ने काम आते गया है तू कुड़ी की पे गए ओ आ गया एयर भाई ते नाता पढ़ने वाला ओए मैंने एक गल दसो ओए फलूदा खा गया ਤੇ ਫਲੂਤੇ ਵਾਲੇ ਨੇ ਵੀ ਇਹਨੂੰ ਚੁੱਤੀਆਂ ਮਾਰੀਆਂ ਹੋ ਗਿਆ ਉਹ ਟੂਬ ਚ ਪਾ ਕੇ ਬਰਫ਼ ਕੁੱਟਣ ਡਿਆ ਉਹਨੂੰ ਕਹਿ ਜਾਂਦਾ ਤੇਰੀ ਟੂਬ ਚ ਕਿਹੜਾ ਕੁੱਤਾ ਵੜ ਗਿਆ ਉਹ ਕਹਿੰਦਾ ਦੱਸ ਨਾ ਤੈਨੂੰ ਮੈਂ ਹੁਣੇ ਤੇ ਤੂੰ ਕਿਤੋਂ ਜ਼ਖਮੀ ਹੋ ਗਿਆ ਆ ਉਹ ਵੀਰੇ ਤੂੰ ਕੀ ਕੱਪੜੇ ਧੋਣ ਵਾਲੀ ਬੰਦੂਕ ਲੈ ਕੇ ਫਿਰਨ ਡਿਆ ਵੀਰੇ ਮੈਨੂੰ ਤੇ ਉਹਨਾਂ ਨੇ ਮਾਰਿਆ ਬਾਅਦ ਚ 200 ਰੁਪਇਆ ਜੇਬ ਚ ਪਾਤਾ ਉਹ ਬ੍ਰਦਰ ਉਹ ਬੇਟਾ ਤੇਰਾ ਮੈਨੂੰ ਤੇ ਵੀਰ ਬਾਬਾ ਕਹਿੰਦਾ ਹੋਇਆ ਕੀ ਇਹਨਾਂ ਨੇ ਮੈਨੂੰ ਤੇ ਉਹਨਾਂ ਨੇ ਉਹ ਮਾਰਿਆ ਉਹ ਮਾਰਿਆ ਵੀਰੇ ਉਹਨਾਂ ਨੇ ਮੈਨੂੰ ਤੇ ਉਹਨਾਂ ਨੇ ਉਹ ਮਾਰਿਆ ਇਹੋ ਜਿਹੇ ਕੁਆਲ ਕੁਆਲੀ ਕਰਦੇ ਕਰਦੇ ਪੱਖੇ ਚੱਸ ਦੇ ਦਿੰਦੇ ਮੇਰੀ ਤੌਬਾ ਤੌਬਾ ਇਹ ਸਿਰ ਤੇ ਪੱਖਾ ਤੇਰੇ ਪਿਓ ਨੇ ਲਵਾਇਆ ਹੁੰਦਾ ਜਾਂ ਇਹੋ ਜਿਹੇ ਕੁਆਲ ਗਰਮ ਹੋਈ ਫਿਰਨ ਦੇ ਇਹੋ ਜਿਹੇ ਕੁਆਲ ਕੁਆਲੀ ਕਰਦੇ ਕਰਦੇ ਪੈਸੇ ਫੜ ਲਗੇ ਕੁਆਲੀ ਭੁੱਲ ਜਾਂਦੇ ਆਹੋ ਜੀ ਕੀ ਕਹਿਣਾ ਸੀ ਲੋ ਯਾਰ ਤੇ ਅੱਜ ਤੂੰ ਦੱਸ ਤੂੰ ਆ ਚੱਲ ਹੁਣ ਨਾਲ ਇਹ ਤੇਰੀ ਕਬਰ ਡਰਾਈਵ ਮਿਲਦੀ ਹੀ ਚੱਲਦੀ ਹੈ ਚੱਲ ਹੋਰ ਸੁਣਾਓ ਭਲਵਾਨ ਜੀ ਖੈਰ ਭਲਵਾਨ ਕੇ ਬੰਦੇ ਮੈਂ ਫੱਜ ਕੰਮ ਹਾ ਕੇ ਕਹਿੰਦੇ ਮੇਰੇ ਬੁਰੀ ਬਾਤ ਕੀ ਕਰਦੇ ਹੁੰਦੇ ਇਹ ਗੱਲ ਤੇ ਮੈਂ ਕਿੰਨੀ ਵਾਰੀ ਸੁਣ ਲਈ ਬੋਲੇ ਹਾਂ ਬੋਲੇ ਬੋਲੇ ਕੀ ਗੱਲ ਹੈ ਮੇਰੇ ਭਰਾ ਨੂੰ ਛੁਡਾ ਦੇ ਮੈਂ ਛੱਡ ਦੇ ਮੈਂ ਉਹਦੀਆਂ ਲੱਤਾਂ ਹੀ ਵੜ ਦਿੱਤੀਆਂ ਨੇ ਜਿਹੜੀਆਂ ਮੈਂ ਤੇਰਾ ਉਹ ਕੋਈ ਰੌਲਾ ਮੁੱਕ ਗਿਆ ਤੇਰਾ ਭਰਾ ਕਰਾਚੀ ਟੁੱਟ ਗਿਆ ਕਰਾਚੀ ਚਲਾ ਗਿਆ ਬਸ ਬਾਲੀ ਹੁਣ ਮੇਰਾ ਵਿਆਹ ਕਰ ਲੈ ਓਏ ਬਾਲੀ ਤੇ ਨਾਲ ਵਿਆਹ ਵੀ ਕਰੇਗੀ